ਦੀਦੀ ਤੁਸੀਂ ਕਿਹਾ ਸੀ ਕਿ ਕੰਪਿਊਟਰ ਵਿੱਚ ਪ੍ਰੋਗਰਾਮਾਂ ਉੱਤੇ ਕੰਮ ਕਰਨ ਲਈ ਆਪਰੇਟਿੰਗ ਸਿਸਟਮ ਦੀ ਲੋੜ ਹੁੰਦੀ ਹੈ ਕੀ ਤੁਸੀਂ ਮੈਨੂੰ ਆਪਰੇਟਿੰਗ ਸਿਸਟਮ ਬਾਰੇ ਹੋਰ ਜ਼ਿਆਦਾ ਦੱਸ ਸਕਦੇ ਹੋ ਹਾਂ ਰੋਹਨ ਚਲੋ ਆਪਰੇਟਿੰਗ ਸਿਸਟਮ ਬਾਰੇ ਗੱਲਬਾਤ ਕਰਦੇ ਹਾਂ ਆਪਰੇਟਿੰਗ ਸਿਸਟਮ ਇੱਕ ਪ੍ਰੋਗਰਾਮ ਹੈ ਜਿਹੜਾ ਦੂਜੇ ਕੰਪਿਊਟਰ ਪ੍ਰੋਗਰਾਮਾਂ ਨਾਲ ਆਪਣੀ ਕਿਰਿਆ ਕਰਨ ਵਿੱਚ ਮਦਦ ਕਰਦਾ ਹੈ ਅਤੇ ਬਗੈਰ ਆਪਰੇਟਿੰਗ ਸਿਸਟਮ ਦੇ ਕੰਪਿਊਟਰ ਬੇਕਾਰ ਹੈ ਆਪਰੇਟਿੰਗ ਸਿਸਟਮ ਜਿਵੇਂ ਪ੍ਰਯੋਗਕਰਤਾ ਅਤੇ ਕੰਪਿਊਟਰ ਦੇ ਵਿਚਕਾਰ ਰੂਬਰੂ ਹੋਣ ਦਾ ਕੰਮ ਕਰਦਾ ਹੈ ਦੂਜੇ ਹੋਰ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਲਈ ਆਪਰੇਟਿੰਗ ਸਿਸਟਮ ਦੀ ਲੋੜ ਹੁੰਦੀ ਹੈ ਪਰ ਆਪਰੇਟਿੰਗ ਸਿਸਟਮ ਆਪੇ ਸ਼ੁਰੂ ਹੋ ਜਾਂਦਾ ਹੈ ਜਦੋਂ ਪਾਵਰ ਚਾਲੂ ਹੁੰਦੀ ਹੈ ਤਾਂ ਆਪਰੇਟਿੰਗ ਸਿਸਟਮ ਕੰਪਿਊਟਰ ਨੂੰ ਆਪਣੇ ਆਪ ਸ਼ੁਰੂ ਕਰ ਦਿੰਦਾ ਹੈ ਆਪਰੇਟਿੰਗ ਸਿਸਟਮ ਦੇ ਦੋ ਵੱਡੇ ਕੰਮ ਇਹ ਹਨ ਇਹ ਕੰਪਿਊਟਰ ਦੇ ਚੱਲਣ ਨੂੰ ਕਾਬੂ ਵਿੱਚ ਰੱਖਦਾ ਹੈ ਅਤੇ ਜੋੜ ਮੇਲ ਰੱਖਦਾ ਹੈ ਇਹ ਤੁਹਾਡੇ ਅਤੇ ਕੰਪਿਊਟਰ ਦੇ ਵਿਚਕਾਰ ਅੰਤਰ ਕਿਰਿਆ ਨੂੰ ਸੌਖਾ ਬਣਾਉਂਦਾ ਹੈ ਇਹ ਨਿਵੇਸ਼ ਅਤੇ ਨਿਰਗਤ ਯੰਤਰਾਂ ਨੂੰ ਕਾਬੂ ਵਿੱਚ ਰੱਖਦਾ ਹੈ ਇਹ ਕੰਪਿਊਟਰ ਪ੍ਰੋਗਰਾਮਾਂ ਦੀ ਕਾਰਜ ਪ੍ਰਣਾਲੀ ਨੂੰ ਕਾਬੂ ਕਰਦਾ ਹੈ ਇਹ ਕੰਪਿਊਟਰ ਦੀ ਮੁੱਖ ਮੈਮੋਰੀ ਦਾ ਪ੍ਰਬੰਧਨ ਕਰਦਾ ਹੈ ਜਿਹੜਾ ਤੁਹਾਨੂੰ ਫਾਈਲਾਂ ਦੇ ਪ੍ਰਬੰਧ ਅਤੇ ਦਕਸ਼ਤਾ ਵਿੱਚ ਮਦਦ ਕਰਦਾ ਆਪਰੇਟਿੰਗ ਸਿਸਟਮ ਨੂੰ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਕਰੈਕਟਰ ਯੂਜ਼ਰ ਇੰਟਰਫੇਸ ਅਤੇ ਗ੍ਰਾਫਿਕਲ ਯੂਜ਼ਰ ਇੰਟਰਫੇਸ ਇਹਨਾਂ ਬਾਰੇ ਇੱਕ ਇੱਕ ਕਰਕੇ ਗੱਲ ਕਰਦੇ ਹਾਂ ਕਰੈਕਟਰ ਯੂਜ਼ਰ ਇੰਟਰਫੇਸ ਕੋਲ ਆਪਣੇ ਕੋਈ ਪ੍ਰਤੀਰੂਪ ਜਾਂ ਚਿੱਤਰ ਨਹੀਂ ਹਨ ਇਹ ਸਿਰਫ ਖਾਸੀਅਤਾਂ ਦੇ ਸੰਦਰਭ ਵਿੱਚ ਕੰਮ ਕਰਦਾ ਹੈ ਅਸੀਂ CUI ਉੱਤੇ ਸੰਦਰਭ ਵਿੱਚ ਜਾ ਕੇ ਰੀਨੇਮ CLS CD MD ਅਤੇ DIR ਜਾਂ ਡਾਇਰੈਕਟਰੀ ਨੂੰ ਆਗਿਆ ਦੇ ਕੇ ਕੋਈ ਕੰਮ ਕਰ ਸਕਦੇ ਹਾਂ ਮਸਲਨ CUI ਡਿਸਕ ਚਲਾਉਣ ਵਾਲੀ ਵਿਵਸਥਾ ਹੈ ਗ੍ਰਾਫਿਕਲ ਯੂਜ਼ਰ ਇੰਟਰਫੇਸ ਦੀ ਪਿੱਠ ਭੂਮੀ ਵਿੱਚ ਤਸਵੀਰ ਅਤੇ ਨਾਲ ਹੀ ਕਈ ਤਰ੍ਹਾਂ ਦੀਆਂ ਆਕ੍ਰਿਤੀਆਂ ਹਨ GUI ਦੀਆਂ ਮਿਸਾਲਾਂ ਹਨ ਵਿੰਡੋਜ਼ XP ਵਿੰਡੋਜ਼ NT ਵਿੰਡੋਜ਼ 7 ਅਤੇ ਉਬੁੰਟੂ GUI ਨੂੰ ਅੱਗੇ ਇਨ੍ਹਾਂ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਪ੍ਰੋਪਰੇਟਰੀ ਸੌਫਟਵੇਅਰ ਅਤੇ ਫ੍ਰੀ ਜਾਂ ਓਪਨ ਸੋਰਸ ਸੌਫਟਵੇਅਰ ਪ੍ਰੋਪਰੇਟਰੀ ਸੌਫਟਵੇਅਰ ਕੰਪਿਊਟਰ ਸੌਫਟਵੇਅਰ ਵਾਂਗੂ ਹੁੰਦਾ ਹੈ ਜਿਸ ਦਾ ਕਾਪੀਰਾਈਟ ਮਾਲਿਕ ਨੂੰ ਕਾਨੂੰਨੀ ਤੌਰ ਤੇ ਇਸ ਨੂੰ ਵਰਤਣ ਲਈ ਲਾਇਸੈਂਸ ਮਿਲਦਾ ਹੈ ਪ੍ਰੋਪਰੇਟਰੀ ਸੌਫਟਵੇਅਰ ਇਸਤੇਮਾਲ ਕਰਨ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ ਲਾਇਸੈਂਸ ਦੀ ਫੀਸ ਲੱਗਦੀ ਹੈ ਅਤੇ ਇਹ ਰਜਿਸਟਰਡ ਲਾਇਸੈਂਸ ਲੈ ਕੇ ਇਸਤੇਮਾਲ ਹੋ ਸਕਦਾ ਹੈ ਇਸਤੇਮਾਲ ਕਰਨ ਵਾਲੇ ਨੂੰ ਇਸ ਨੂੰ ਬਦਲਣ ਵੰਡਣ ਵਿਚਾਰ ਕਰਨ ਅਤੇ ਮੁੜ ਵਿਤਰਣ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਮਾਈਕਰੋਸਾਫਟ ਐਪਲ ਇੰਕ IBM ਆਪਰੇਟਿੰਗ ਸਿਸਟਮ ਅਤੇ ਯੂਨੀਸਾਈਸ ਪ੍ਰੋਪਰੇਟਰੀ ਸੌਫਟਵੇਅਰ ਦੇ ਆਮ ਪ੍ਰਕਾਰ ਹਨ ਫ੍ਰੀ ਜਾਂ ਓਪਨ ਸੋਰਸ ਸੌਫਟਵੇਅਰ ਉਹ ਸੌਫਟਵੇਅਰ ਹੈ ਜਿਸ ਨੂੰ ਇਸਤੇਮਾਲ ਕਰਨ ਵਾਲਾ ਬਗੈਰ ਕੋਈ ਫੀਸ ਦਿੱਤੇ ਇੰਟਰਨੈਟ ਤੋਂ ਡਾਊਨਲੋਡ ਕਰ ਸਕਦਾ ਹੈ ਇਸ ਨੂੰ ਖੁੱਲ੍ਹੇ ਸਰੋਤ ਲਾਇਸੈਂਸ ਦੇ ਅੰਦਰ ਪ੍ਰਦਾਨ ਕੀਤਾ ਗਿਆ ਹੈ ਇਹ ਸੌਫਟਵੇਅਰ ਨੂੰ ਬਦਲਣ ਸੁਧਾਰਨ ਜਾਂ ਵੰਡਣ ਦੀ ਇਜਾਜ਼ਤ ਦਿੰਦਾ ਹੈ ਪਰ ਤਾਂ ਵੀ ਕਿਸੇ ਵੀ ਤਰ੍ਹਾਂ ਦੇ ਬਦਲਾਅ ਦਾ ਕਾਪੀਰਾਈਟ ਨਹੀਂ ਲਿਆ ਜਾ ਸਕਦਾ ਓਪਨ ਸੋਰਸ ਸੌਫਟਵੇਅਰ ਦੇ ਆਮ ਤੌਰ ਤੇ ਇਹ ਪ੍ਰਕਾਰ ਹਨ ਯੂਨਿਕਸ ਲਾਇਨਕਸ ਆਰੋਰਾ UX ਅਤੇ ਓਪਨ ਸੋਲਰਿਸ ਆਓ ਮਾਈਕਰੋਸਾਫਟ ਵਿੰਡੋਜ਼ ਬਾਰੇ ਸਿੱਖਦੇ ਹਾਂ ਜਿਹੜੀ ਕਿ ਸਭ ਤੋਂ ਵੱਧ ਮਨ ਪਾਉਂਦਾ ਆਪਰੇਟਿੰਗ ਸਿਸਟਮ ਓ ਹਾਂ ਮੈਂ ਮਾਈਕਰੋਸਾਫਟ ਵਿੰਡੋਜ਼ ਬਾਰੇ ਬਹੁਤ ਕੁਝ ਸੁਣਿਆ ਹੈ ਮਾਈਕਰੋਸਾਫਟ ਵਿੰਡੋਜ਼ ਗ੍ਰਾਫਿਕਲ ਇੰਟਰਫੇਸ ਆਪਰੇਟਿੰਗ ਸਿਸਟਮ ਦੀ ਇੱਕ ਲੜੀ ਹੈ ਜਿਸ ਨੂੰ ਮਾਈਕਰੋਸਾਫਟ ਨੇ ਵਿਕਸਿਤ ਕੀਤਾ ਹੈ ਬਾਜ਼ਾਰੀਕਰਨ ਕੀਤਾ ਅਤੇ ਵੇਚਿਆ ਹੈ ਜ਼ਿਆਦਾਤਰ ਕੰਪਿਊਟਰ ਜਿਹੜੇ ਅਸੀਂ ਵਰਤਦੇ ਹਾਂ ਉਹ ਪਹਿਲਾਂ ਤੋਂ ਹੀ ਮਾਈਕਰੋਸਾਫਟ ਵਿੰਡੋਜ਼ ਦੇ ਆਪਰੇਟਿੰਗ ਸਿਸਟਮ ਲੱਗ ਕੇ ਆਉਂਦੇ ਹਨ ਜੇਕਰ ਤੁਹਾਡੇ ਕੋਲ ਬਗੈਰ ਵਿੰਡੋਜ਼ ਆਪਰੇਟਿੰਗ ਸਿਸਟਮ ਵਾਲਾ ਕੰਪਿਊਟਰ ਸਿਸਟਮ ਹੈ ਤਾਂ ਤੁਸੀਂ ਕਿਸੇ ਤਸੱਲੀ ਬਖਸ਼ ਸੌਫਟਵੇਅਰ ਵੇਚਣ ਵਾਲੇ ਦੁਕਾਨਦਾਰ ਤੋਂ ਲਾਇਸੈਂਸ ਵਾਲਾ ਸੌਫਟਵੇਅਰ ਖਰੀਦ ਸਕਦੇ ਹੋ ਸੌਫਟਵੇਅਰ ਨੂੰ ਗ੍ਰਹਿਣ ਕਰਨ ਦਾ ਇੱਕ ਹੋਰ ਤਰੀਕਾ ਹੈ ਕਿ ਆਨਲਾਈਨ ਵੈਬਸਾਈਟਸ ਤੋਂ ਜਿਵੇਂ ਕਿ ਮਾਈਕਰੋਸਾਫਟ ਵੈਬਸਾਈਟਸ ਤੋਂ ਲਈ ਜਾ ਸਕਦੇ GUI ਇੰਟਰਫੇਸ ਤੁਹਾਨੂੰ ਪ੍ਰੋਗਰਾਮ ਦੇ ਇਸਤੇਮਾਲ ਅਤੇ ਸੰਭਾਲਣ ਵਿੱਚ ਮਦਦ ਕਰਦਾ ਹੈ ਵਿੰਡੋ GUI ਦਾ ਇੱਕ
WYSIWYG ਪ੍ਰਕਾਰ ਹੈ। ਜੇ ਤੁਹਾਡੇ ਕੰਪਿਊਟਰ ਨੂੰ ਚਲਾਉਣ ਦੀ ਵਿਵਸਥਾ ਵਿੱਚ ਵਿੰਡੋਜ਼ ਹਨ ਤਾਂ ਕੰਪਿਊਟਰ ਚਾਲੂ ਕਰਨ ਤੇ ਪਹਿਲੀ ਜਿਹੜੀ ਸਕਰੀਨ ਦਿਸਦੀ ਹੈ ਉਹ ਡੈਸਕਟੌਪ ਹੈ। ਤੁਸੀਂ ਵਿੰਡੋਜ਼ ਡੈਸਕਟੌਪ ਨੂੰ ਕੰਪਿਊਟਰ ਦੇ ਵਿੱਚ ਆਪਣੀਆਂ ਅਰਜ਼ੀਆਂ ਅਤੇ ਪ੍ਰਯੋਗਿਕ ਕੰਮਾਂ ਨੂੰ ਪ੍ਰਬੰਧ ਕਰਕੇ ਰੱਖਣ ਲਈ ਇਸਤੇਮਾਲ ਕਰ ਸਕਦੇ ਹੋ। ਡੈਸਕਟੌਪ ਨੂੰ ਦੋ ਖੇਤਰਾਂ ਵਿੱਚ ਵੰਡਿਆ ਗਿਆ ਹੈ, ਮੁੱਖ ਖੇਤਰ ਯਾਨੀ ਡੈਸਕਟੌਪ ਅਤੇ ਟਾਸਕ ਬਾਰ। ਸਭ ਤੋਂ ਉੱਤੇ ਇੱਕ ਬਾਰੀਕ ਜਿਹੀ ਪੱਟੀ ਹੈ ਜੋ ਟਾਸਕ ਬਾਰ ਕਹਾਉਂਦੀ ਹੈ। ਟਾਸਕ ਬਾਰ ਵਿੱਚ ਸ਼ੁਰੂ ਕਰਨ ਦਾ ਇੱਕ ਬਟਨ ਹੈ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਕੰਪਿਊਟਰ ਦੇ ਸਾਰੇ ਪ੍ਰੋਗਰਾਮਾਂ ਤੱਕ ਪਹੁੰਚ ਸਕਦੇ ਹੋ। ਡੈਸਕਟੌਪ ਦੀ ਇੱਕ ਪਿੱਠ ਭੂਮੀ ਹੈ ਜਿਹੜੀ ਵਾਲਪੇਪਰ ਕਹਾਉਂਦੀ ਹੈ। ਪਹਿਲੀ ਸਕਰੀਨ ਜਿਹੜੀ ਤੁਹਾਨੂੰ ਕੰਪਿਊਟਰ ਸ਼ੁਰੂ ਕਰਨ ਤੇ ਮਿਲਦੀ ਹੈ ਉਹ ਡੈਸਕਟੌਪ ਹੈ। ਡੈਸਕਟੌਪ ਤੇ ਨਿੱਕੀਆਂ ਤਸਵੀਰਾਂ ਡੈਸਕਟੌਪ ਆਈਕੋਨ ਕਹਾਉਂਦੀਆਂ ਹਨ। ਇਹ ਆਈਕੋਨਸ ਫਾਈਲਾਂ, ਪ੍ਰੋਗਰਾਮਾਂ ਅਤੇ ਫੋਲਡਰਾਂ ਤੱਕ ਛੇਤੀ ਅਤੇ ਸੌਖੇ ਪਹੁੰਚਣ ਦਾ ਛੋਟਾ ਰਸਤਾ ਹੈ। ਸਕਰੀਨ ਉੱਤੇ ਬਿਲਕੁਲ ਹੇਠਾਂ ਚੌਰਸ ਬਾਰ ਬਣਿਆ ਹੁੰਦਾ ਹੈ ਜਿਸ ਨੂੰ ਟਾਸਕ ਬਾਰ ਕਹਿੰਦੇ ਹਨ। ਟਾਸਕ ਬਾਰ ਵਿੱਚ ਕਈ ਆਕ੍ਰਿਤੀਆਂ ਅਤੇ ਛੋਟੇ ਰਸਤੇ ਹੁੰਦੇ ਨੇ। ਟਾਸਕ ਬਾਰ ਆਕ੍ਰਿਤੀਆਂ ਦੇ ਰੂਪ ਵਿੱਚ ਚੱਲ ਰਹੀਆਂ ਸਾਰੀਆਂ ਅਰਜ਼ੀਆਂ ਅਤੇ ਪ੍ਰੋਗਰਾਮ ਵਿਖਾਉਂਦਾ ਹੈ। ਇਹਨਾਂ ਆਕ੍ਰਿਤੀਆਂ ਦੇ ਜ਼ਰੀਏ ਤੁਹਾਨੂੰ ਕੰਪਿਊਟਰ ਵਿੱਚ ਵਧੇਰੇ ਅਰਜ਼ੀਆਂ ਅਤੇ ਪ੍ਰੋਗਰਾਮਾਂ ਤਾਈਂ ਪਹੁੰਚਣ ਵਿੱਚ ਮਦਦ ਮਿਲਦੀ ਹੈ। ਕੰਪਿਊਟਰ ਤੇ ਚੱਲ ਰਹੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿਚਕਾਰ ਵਿਚਰਨ ਲਈ ਟਾਸਕ ਬਾਰ ਸੌਖਾ ਰਾਹ ਦੱਸਦਾ ਹੈ। ਜੇ ਬਹੁਤ ਸਾਰੀਆਂ ਅਰਜ਼ੀਆਂ ਚੱਲ ਰਹੀਆਂ ਨੇ ਅਤੇ ਟਾਸਕ ਬਾਰ ਉੱਤੇ ਇੰਨੀ ਥਾਂ ਨਹੀਂ ਹੈ ਕਿ ਉਹ ਸਾਰੇ ਆਈਕੋਨਸ ਨੂੰ ਰੱਖ ਸਕੇ, ਤਾਂ ਉਹਦੇ ਨੇੜੇ ਦੇ ਆਈਕੋਨਸ ਆਪਸ ਵਿੱਚ ਇਕੱਠੇ ਹੋ ਸਕਦੇ ਹਨ। ਸ਼ੁਰੂ ਕਰਨ ਵਾਲੇ ਬਟਨ ਦੇ ਜ਼ਰੀਏ ਤੁਸੀਂ ਪ੍ਰੋਗਰਾਮ ਅਤੇ ਦੂਜੇ ਇਸਤੇਮਾਲ ਕੀਤੇ ਜਾਣ ਵਾਲੇ ਸਿਸਟਮ ਕੱਢ ਸਕਦੇ ਹੋ। ਸਟਾਰਟ ਮੈਨਿਊ ਵਿੱਚ ਕੰਟਰੋਲ ਪੈਨਲ ਕੰਪਿਊਟਰ ਵਿੱਚ ਵੱਖ ਵੱਖ ਹਾਰਡਵੇਅਰ ਅਤੇ ਸੌਫਟਵੇਅਰ ਦੀਆਂ ਸੈਟਿੰਗਸ ਬਦਲਣ ਲਈ ਇਸਤੇਮਾਲ ਹੁੰਦਾ ਹੈ। ਜਦੋਂ ਤੁਸੀਂ ਵਿੰਡੋਜ਼ ਨਾਲ ਕੰਮ ਕਰ ਰਹੇ ਹੋਵੋ ਤਾਂ ਸਟਾਰਟ ਮੈਨਿਊ ਵਿੱਚ ਹੈਲਪ ਅਤੇ ਸਪੋਰਟ ਮੈਨਿਊ ਕੋਈ ਵੀ ਲੋੜ ਪੈਣ ਦੇ ਮਦਦ ਕਰਦੇ ਹਨ। ਸਟਾਰਟ ਮੈਨਿਊ ਦੀ ਮਦਦ ਨਾਲ ਤੁਸੀਂ ਸਿਰਫ ਇੱਕ ਕਲਿੱਕ ਕਰਨ ਤੇ ਕੰਪਿਊਟਰ ਨੂੰ ਸ਼ਟ ਡਾਊਨ, ਲੌਗ ਆਫ ਜਾਂ ਦੁਬਾਰਾ ਸ਼ੁਰੂ ਕਰ ਸਕਦੇ। ਤੁਸੀਂ ਵਿਵਸਥਾ ਦੇ ਸਮੇਂ ਅਤੇ ਤਾਰੀਖ ਨੂੰ ਇਸ ਤਰ੍ਹਾਂ ਕਰਕੇ ਬਦਲ ਸਕਦੇ ਹੋ। ਪਹਿਲਾਂ ਟਾਸਕ ਬਾਰ ਦੇ ਸੱਜੇ ਪਾਸੇ ਮੌਜੂਦ ਸਮਾਂ ਅਤੇ ਤਾਰੀਖ ਉੱਤੇ ਕਲਿੱਕ ਕਰੋ। ਇਸ ਤੋਂ ਬਾਅਦ ਇੱਕ ਘੜੀ ਅਤੇ ਕੈਲੰਡਰ ਦਿਸਦਾ ਹੈ। ਟਾਸਕ ਬਾਰ ਉੱਤੇ ਸਮਾਂ ਅਤੇ ਤਾਰੀਖ ਤੇ ਕਲਿੱਕ ਕਰੋ। ਫਿਰ ਬਦਲੀ ਗਈ ਤਾਰੀਖ ਅਤੇ ਸਮੇਂ ਦੇ ਜੋੜ ਮੇਲ ਉੱਤੇ ਕਲਿੱਕ ਕਰੋ। ਫਿਰ ਸਮਾਂ ਅਤੇ ਤਾਰੀਖ ਸੈੱਟ ਕਰੋ। ਕੀਤੇ ਗਏ ਬਦਲਾਅ ਲਈ ਓਕੇ ਉੱਤੇ ਕਲਿੱਕ ਕਰਕੇ ਸੰਭਾਲੋ ਅਤੇ ਵਾਪਸ ਤਾਰੀਖ ਤੇ ਸਮੇਂ ਵਾਲੇ ਡਾਇਲੌਗ ਬਾਕਸ ਵਿੱਚ ਆਓ। ਕੀਤੇ ਗਏ ਬਦਲਾਅ ਨੂੰ ਸੇਵ ਕਰਨ ਲਈ ਸਮਾਂ ਅਤੇ ਤਾਰੀਖ ਵਾਲੇ ਡਾਇਲੌਗ ਬਾਕਸ ਉੱਤੇ ਓਕੇ ਕਲਿੱਕ ਕਰੋ ਅਤੇ ਡਾਇਲੌਗ ਬਾਕਸ ਬੰਦ ਕਰੋ। ਜਦੋਂ ਤੁਸੀਂ ਕੰਪਿਊਟਰ ਨੂੰ ਲੌਗਇਨ ਕਰਦੇ ਹੋ ਤਾਂ ਤੁਸੀਂ ਵੇਖਦੇ ਹੋ ਕਿ ਡੈਸਕਟੌਪ ਡਿਸਪਲੇ ਦਾ ਖੇਤਰ ਹੈ। ਆਈਕੋਨਸ ਦੇ ਪਿੱਛੇ ਦੀ ਤਸਵੀਰ ਵਾਲਪੇਪਰ ਜਾਂ ਡੈਸਕਟੌਪ ਪਿੱਠ ਭੂਮੀ ਕਹਿਲਾਉਂਦੀ ਹੈ। ਜਦੋਂ ਤੁਸੀਂ ਕੰਪਿਊਟਰ ਨੂੰ ਕੁਝ ਦੇਰ ਇਸੇ ਤਰ੍ਹਾਂ ਰੱਖਦੇ ਹੋ ਤਾਂ ਸਕਰੀਨ ਉੱਤੇ ਐਨੀਮੇਟਿਡ ਤਸਵੀਰਾਂ ਅਤੇ ਸੰਦਰਭ ਵਿਖਾਈ ਦੇਣਗੇ। ਇਸ ਨੂੰ ਸਕਰੀਨ ਸੇਵਰ ਕਹਿੰਦੇ ਹਨ। ਤੁਸੀਂ ਆਪਣੇ ਪਸੰਦ ਦੀਆਂ ਤਸਵੀਰਾਂ ਅਤੇ ਆਕ੍ਰਿਤੀਆਂ ਨਾਲ ਕੰਪਿਊਟਰ ਦੇ ਵਾਲਪੇਪਰ ਜਾਂ ਪਿੱਠ ਭੂਮੀ ਨੂੰ ਬਦਲ ਸਕਦੇ ਹੋ। ਡੈਸਕਟੌਪ ਦੀ ਪਿੱਠ ਭੂਮੀ ਇਸ ਤਰ੍ਹਾਂ ਬਦਲੋ। ਪਹਿਲਾਂ ਡੈਸਕਟੌਪ ਉੱਤੇ ਖਾਲੀ ਥਾਂ ਤੇ ਸੱਜੇ ਪਾਸੇ ਕਲਿੱਕ ਕਰੋ। ਫਿਰ ਮੈਨਿਊ ਵਿੱਚੋਂ ਪਰਸਨਲਾਈਜ਼ ਵਿਕਲਪ ਉੱਤੇ ਕਲਿੱਕ ਕਰੋ। ਫਿਰ ਡੈਸਕਟੌਪ ਦੀ ਪਿੱਠ ਭੂਮੀ ਦੇ ਲਿੰਕ ਉੱਤੇ ਕਲਿੱਕ ਕਰੋ। ਇਸ ਤੋਂ ਬਾਅਦ ਤਸਵੀਰ ਚੁਣੋ ਤੇ ਇਸ ਨੂੰ ਡੈਸਕਟੌਪ ਦੀ ਪਿੱਠ ਭੂਮੀ ਤੇ ਸੈੱਟ ਕਰ ਦਿਓ। ਅਖੀਰ ਵਿੱਚ ਬਦਲਾਵਾਂ ਨੂੰ ਸੇਵ ਰੱਖਣ ਲਈ ਸੇਵ ਚੇਂਜਿਸ ਬਟਨ ਉੱਤੇ ਕਲਿੱਕ ਕਰ ਦਿਓ। ਜੇ ਤੁਸੀਂ ਸਕਰੀਨ ਸੇਵਰ ਬਦਲਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ। ਪਹਿਲਾਂ ਡੈਸਕਟੌਪ ਉੱਤੇ ਖਾਲੀ ਥਾਂ ਤੇ ਸੱਜੇ ਪਾਸੇ ਕਲਿੱਕ ਕਰੋ। ਫਿਰ ਪਰਸਨਲਾਈਜ਼ ਵਿਕਲਪ ਉੱਤੇ ਕਲਿੱਕ ਕਰੋ। ਫਿਰ ਸਕਰੀਨ ਸੇਵਰ ਲਿੰਕ ਉੱਤੇ ਕਲਿੱਕ ਕਰੋ।
ਇਸ ਤੋਂ ਮਗਰੋਂ ਮੈਨਿਊ ਵਿੱਚ ਸਕਰੀਨ ਸੇਵਰ ਡ੍ਰੌਪ ਡਾਊਨ ਤੇ ਕਲਿੱਕ ਕਰੋ ਤੇ ਸੂਚੀ ਵਿੱਚੋਂ ਇੱਕ ਸਕਰੀਨ ਸੇਵਰ ਚੁਣੋ। ਫਿਰ ਕੌਂਬੋ ਬਾਕਸ ਵਿੱਚੋਂ ਕਿੰਨੇ ਮਿੰਟਾਂ ਲਈ ਸਕਰੀਨ ਸੇਵਰ ਨੂੰ ਸ਼ੁਰੂ ਕਰਨ ਵਿੱਚ ਲਾਉਣਾ ਹੈ ਉਹ ਸਮਾਂ ਸੈੱਟ ਕਰੋ। ਫਿਰ ਸਕਰੀਨ ਸੇਵਰ ਨੂੰ ਦੁਬਾਰਾ ਵੇਖਣ ਲਈ ਪ੍ਰੀਵਿਊ ਬਟਨ ਦੱਬੋ। ਫਿਰ ਸਕਰੀਨ ਸੇਵਰ ਨੂੰ ਲਾਉਣ ਲਈ ਐਪਲਾਈ ਬਟਨ ਦੱਬੋ। ਅਖੀਰ ਵਿੱਚ ਬਦਲਾਅ ਸੇਵ ਰੱਖਣ ਲਈ ਓਕੇ ਬਟਨ ਉੱਤੇ ਕਲਿੱਕ ਕਰ ਦਿਓ। ਤੁਹਾਡਾ ਨਵਾਂ ਸਕਰੀਨ ਸੇਵਰ ਬਚਿਆ ਰਹੇਗਾ। ਹੁਣ ਰੋਹਨ, ਇਹ ਸਭ ਕੁਝ ਦਿਮਾਗ ਵਿੱਚ ਰੱਖਣਾ, ਕੰਪਿਊਟਰ ਦੇ ਵਿੱਚ ਕੋਈ ਆਪਣੀ ਜਾਣਕਾਰੀ ਦਾ ਹਿੱਸਾ ਹੈ ਤਾਂ ਉਹ ਓਪਰੇਟਿੰਗ ਸਿਸਟਮ ਨਾਲ ਉਪਲਬਧ ਹੈ ਅਤੇ ਨਿੱਜੀ ਪ੍ਰੋਗਰਾਮ ਫਾਈਲ ਕਹਾਂਦਾ ਹੈ। ਫਾਈਲ ਕੋਈ ਵੀ ਦਸਤਾਵੇਜ਼, ਤਸਵੀਰ, ਸੰਗੀਤ ਜਾਂ ਫਿਲਮ ਹੋ ਸਕਦੀ ਹੈ। ਸਾਰੀਆਂ ਫਾਈਲਾਂ ਇੱਕੋ ਥਾਂ ਉੱਤੇ ਰੱਖਣ ਲਈ ਤੁਸੀਂ ਫੋਲਡਰ ਬਣਾਉਣਾ ਹੈ। ਤੁਸੀਂ ਕੰਪਿਊਟਰ ਵਿੱਚ ਡਰਾਈਵ ਵਿੱਚ ਕਿਤੇ ਵੀ ਕੋਈ ਵੀ ਫਾਈਲ ਜਾਂ ਫੋਲਡਰ ਬਣਾ ਸਕਦੇ ਹੋ। ਤੁਸੀਂ ਫਾਈਲ ਜਾਂ ਫੋਲਡਰ ਡੈਸਕਟੌਪ ਤੇ ਵੀ ਬਣਾ ਸਕਦੇ ਹੋ। ਫਾਈਲ ਜਾਂ ਫੋਲਡਰ ਬਣਾਉਣ ਤੋਂ ਬਾਅਦ ਤੁਸੀਂ ਇਹਨੂੰ ਦੁਬਾਰਾ ਕੋਈ ਨਾ ਦੇ ਸਕਦੇ ਹੋ। ਕਾਪੀ ਕਰ ਸਕਦੇ ਹੋ, ਦੂਜੀ ਥਾਂ ਤੇ ਜੋੜ ਸਕਦੇ ਹੋ, ਇੱਥੋਂ ਤੱਕ ਜੇ ਲੋੜ ਨਹੀਂ ਤਾਂ ਮਿਟਾ ਸਕਦੇ ਹੋ। ਡਰਾਈਵ ਵਿੱਚ ਨਵਾਂ ਫੋਲਡਰ ਅਸੀਂ ਕਿਵੇਂ ਬਣਾ ਸਕਦੇ ਹਾਂ? ਸੌਖਾ ਏ, ਇਹਨਾਂ ਉੱਤੇ ਅਮਲ ਕਰੋ। ਪਹਿਲਾਂ ਸਟਾਰਟ ਬਟਨ ਉੱਤੇ ਕਲਿੱਕ ਕਰੋ ਤਾਂ ਕਿ ਮੈਨਿਊ ਸ਼ੁਰੂ ਹੋ ਜਾਵੇ। ਫਿਰ ਕੰਪਿਊਟਰ ਵਿੰਡੋ ਜਾਂ ਵਿੰਡੋਜ਼ ਅਨਵੇਸ਼ਕ ਵੇਖਣ ਲਈ ਕੰਪਿਊਟਰ ਉੱਤੇ ਕਲਿੱਕ ਕਰੋ। ਫਿਰ ਡੀ ਡਰਾਈਵ ਵਿੱਚ ਪਏ ਮੈਟਰ ਨੂੰ ਵੇਖਣ ਲਈ ਡੀ ਡਰਾਈਵ ਆਈਕੋਨ ਉੱਤੇ ਕਲਿੱਕ ਕਰੋ। ਫਿਰ ਮੈਨਿਊ ਬਾਰ ਵਿੱਚ ਨਵਾਂ ਫੋਲਡਰ ਬਣਾਉਣ ਲਈ ਨਵੇਂ ਫੋਲਡਰ ਉੱਤੇ ਕਲਿੱਕ ਕਰੋ। ਤੁਸੀਂ ਨਵੇਂ ਫੋਲਡਰ ਨੂੰ ਨਾ ਦੇ ਸਕਦੇ ਹੋ ਅਤੇ ਫਿਰ ਐਂਟਰ ਨੂੰ ਦੱਬੋ। ਤੁਸੀਂ ਫੋਲਡਰ ਦੇ ਅੰਦਰ ਵੀ ਫੋਲਡਰ ਬਣਾ ਸਕਦੇ ਹੋ ਜਿਸ ਨੂੰ ਸਬ ਫੋਲਡਰ ਕਹਿੰਦੇ ਨੇ। ਚੋਣ ਕਰੋ ਅਤੇ ਫੋਲਡਰ ਖੋਲੋ। ਫੋਲਡਰ ਵਿੱਚ ਖਾਲੀ ਥਾਂ ਉੱਤੇ ਸੱਜੇ ਪਾਸੇ ਕਲਿੱਕ ਕਰੋ ਤੇ ਫਿਰ ਪੌਪ ਅਪ ਮੈਨਿਊ ਤੋਂ ਪਹਿਲਾਂ ਨਿਊ ਚੁਣੋ ਅਤੇ ਫਿਰ ਫੋਲਡਰ ਇੱਕ ਨਵਾਂ ਫੋਲਡਰ ਬਣ ਜਾਏਗਾ। ਨਵੀਂ ਫਾਈਲ ਜਾਂ ਫੋਲਡਰ ਖੋਲਣ ਲਈ ਇਸ ਤਰ੍ਹਾਂ ਕਰੋ। ਪਹਿਲਾਂ ਸਟਾਰਟ ਮੈਨਿਊ ਸ਼ੁਰੂ ਕਰਨ ਲਈ ਸਟਾਰਟ ਬਟਨ ਉੱਤੇ ਕਲਿੱਕ ਕਰੋ। ਫਿਰ ਕੰਪਿਊਟਰ ਵਿੰਡੋ ਜਾਂ ਵਿੰਡੋਜ਼ ਅਨਵੇਸ਼ਕ ਨੂੰ ਵਿਖਾਉਣ ਲਈ ਕੰਪਿਊਟਰ ਉੱਤੇ ਕਲਿੱਕ ਕਰੋ। ਹੁਣ ਡੀ ਡਰਾਈਵ ਦੇ ਅੰਦਰ ਸਮੱਗਰੀ ਵੇਖਣ ਲਈ ਡੀ ਡਰਾਈਵ ਆਕ੍ਰਿਤੀ ਉੱਤੇ ਕਲਿੱਕ ਕਰੋ। ਜਿਹੜਾ ਫੋਲਡਰ ਖੋਲ੍ਹਣਾ ਚਾਹੁੰਦੇ ਹੋ ਉਸ ਉੱਤੇ ਦੋ ਵਾਰੀ ਕਲਿੱਕ ਕਰੋ। ਫੋਲਡਰ ਦੇ ਅੰਦਰ ਜੇ ਤੁਸੀਂ ਸਬ ਫੋਲਡਰ ਬਣਾਉਣਾ ਚਾਹੁੰਦੇ ਹੋ ਤਾਂ ਫਾਈਲ ਜਾਂ ਸਬ ਫੋਲਡਰ ਉੱਤੇ ਦੋ ਵਾਰੀ ਕਲਿੱਕ ਕਰੋ। ਜਦੋਂ ਤੁਸੀਂ ਡੀ ਡਰਾਈਵ ਵਿੱਚ ਕੋਈ ਫੋਲਡਰ, ਸਬ ਫੋਲਡਰ ਜਾਂ ਫਾਈਲ ਬਣਾਉਂਦੇ ਹੋ ਇਹ ਆਪਣੇ ਆਪ ਹੀ ਨਵਾਂ ਫੋਲਡਰ ਜਾਂ ਨਵਾਂ ਸੰਦਰਭ ਦਸਤਾਵੇਜ਼ ਦੇ ਤੌਰ ਤੇ ਸੇਵ ਹੋ ਜਾਂਦਾ ਹੈ। ਫਾਈਲ ਜਾਂ ਫੋਲਡਰ ਨੂੰ ਨਵਾਂ ਨਾਂ ਦੇਣ ਲਈ ਫਾਈਲ ਜਾਂ ਫੋਲਡਰ ਉੱਤੇ ਸੱਜੇ ਪਾਸੇ ਕਲਿੱਕ ਕਰੋ। ਨਵੇਂ ਪੌਪ ਅਪ ਵਿੱਚ ਰੀਨੇਮ ਉੱਤੇ ਕਲਿੱਕ ਕਰੋ। ਫਿਰ ਨਵਾਂ ਨਾਂ ਟਾਈਪ ਕਰੋ ਅਤੇ ਐਂਟਰ ਉੱਤੇ ਕਲਿੱਕ ਕਰ ਦਿਓ। ਫਾਈਲ ਜਾਂ ਫੋਲਡਰ ਦਾ ਨਵਾਂ ਨਾਂ ਹੋ ਜਾਏਗਾ। ਵਿੰਡੋ ਓਪਰੇਟਿੰਗ ਸਿਸਟਮ ਵਿੱਚ ਕੁਝ ਖਾਸ ਸਹਾਇਕ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਸੌਖੀਆਂ ਹਨ। ਆਓ ਕੁਝ ਸਹਾਇਕ ਚੀਜ਼ਾਂ ਬਾਰੇ ਸਿੱਖਦੇ ਹਾਂ। ਕੰਪਿਊਟਰ ਵਿੱਚ ਇਹਨਾਂ ਸਹਾਇਕ ਚੀਜ਼ਾਂ ਤਾਈਂ ਪਹੁੰਚਣ ਲਈ ਇਸੇ ਤਰ੍ਹਾਂ ਕਰੋ। ਪਹਿਲਾਂ ਟਾਸਕ ਬਾਰ ਦੇ ਸਟਾਰਟ ਬਟਨ ਉੱਤੇ ਕਲਿੱਕ ਕਰੋ। ਫਿਰ ਮਾਊਸ ਨੂੰ ਆਲ ਪ੍ਰੋਗਰਾਮਜ਼ ਉੱਤੇ ਪੁਆਇੰਟ ਕਰੋ। ਹੁਣ ਅਸੈਸਰੀਜ਼ ਉੱਤੇ ਕਲਿੱਕ ਕਰੋ। ਕਈ ਤਰ੍ਹਾਂ ਦੀ ਅਸੈਸਰੀਜ਼ ਦੀ ਸੂਚੀ ਇੱਥੇ ਹੈ। ਪਹੁੰਚਣ ਲਈ ਇੱਕ ਅਸੈਸਰੀ ਉੱਤੇ ਕਲਿੱਕ ਕਰੋ। ਪੇਂਟ ਦਾ ਇਸਤੇਮਾਲ ਕੁਝ ਬਣਾਉਣ, ਸੰਪਾਦਨ ਕਰਨ ਅਤੇ ਤਸਵੀਰਾਂ ਵੇਖਣ ਲਈ ਕੀਤਾ ਜਾਂਦਾ ਹੈ। ਤੁਸੀਂ ਪੇਂਟ ਦਾ ਇਸਤੇਮਾਲ ਖਾਲੀ ਪਈ ਡਰਾਇੰਗ ਥਾਂ ਉੱਤੇ ਜਾਂ ਮੌਜੂਦਾ ਤਸਵੀਰਾਂ ਵਿੱਚ ਡਰਾਇੰਗ ਬਣਾਉਣ ਲਈ ਵੀ ਕਰ ਸਕਦੇ ਹੋ। ਤੁਸੀਂ ਕਿਸੇ ਦਸਤਾਵੇਜ਼ ਨਾਲ ਬਣਾਈ ਤਸਵੀਰ ਨੂੰ ਕਾਪੀ ਕਰਕੇ ਜੋੜ ਸਕਦੇ ਹੋ। ਅਸੀਂ ਪੇਂਟ ਕਿਵੇਂ ਇਸਤੇਮਾਲ ਕਰੀਏ? ਪੇਂਟ ਵਾਸਤੇ ਪਹਿਲਾਂ ਸਟਾਰਟ ਬਟਨ ਉੱਤੇ ਕਲਿੱਕ ਕਰੋ। ਫਿਰ ਮਾਊਸ ਨੂੰ ਆਲ ਪ੍ਰੋਗਰਾਮਜ਼ ਉੱਤੇ ਕੇਂਦਰਿਤ ਕਰੋ। ਫਿਰ ਅਸੈਸਰੀਜ਼ ਉੱਤੇ ਕਲਿੱਕ ਕਰੋ ਅਤੇ ਪੇਂਟ ਚੁਣੋ। ਪੇਂਟ ਵਿੰਡੋ ਦਿਸਦੀ ਹੈ। ਤੁਸੀਂ ਵੇਖ ਸਕਦੇ ਹੋ ਕਿ ਪੇਂਟ ਵਿੰਡੋ ਚਾਰ ਮੁੱਖ ਖੇਤਰਾਂ ਵਿੱਚ ਵੰਡੀ ਹੋਈ ਹੈ। ਪੇਂਟ ਬਟਨ, ਜਲਦੀ ਪ੍ਰਵੇਸ਼ ਟੂਲ ਬਾਰ, ਡਰਾਇੰਗ ਖੇਤਰ
ਅਤੇ ਰਿਬਨ। ਪੇਂਟ ਬਟਨ ਨਾਲ ਤੁਸੀਂ ਕਈ ਕੁਝ ਕਰ ਸਕਦੇ ਹੋ। ਪੇਂਟ ਬਟਨ ਵਿੱਚ ਵੱਖ ਵੱਖ ਵਿਕਲਪ ਹਨ, ਓਪਨ, ਨਿਊ, ਸੇਵ ਅਤੇ ਪ੍ਰਿੰਟ। ਕੁਇਕ ਐਕਸੈਸ ਟੂਲ ਬਾਰ ਤੁਹਾਨੂੰ ਛੇਤੀ ਨਾਲ ਕਰਸਰ ਟੂਲਸ ਨੂੰ ਵਰਤਣ ਵਿੱਚ ਮਦਦ ਕਰੇਗਾ, ਜਿਵੇਂ ਸੇਵ, ਰੀਡੂ ਅਤੇ ਅਨਡੂ। ਰਿਬਨ, ਇੱਕ ਰਿਬਨ ਵਿੱਚ ਦੋ ਫੀਤੇ ਹਨ, ਹੋਮ ਅਤੇ ਵਿਊ। ਹੋਮ ਟੈਬ ਤੁਹਾਨੂੰ ਤਸਵੀਰਾਂ ਬਣਾਉਣ ਅਤੇ ਉਹਨਾਂ ਦੇ ਸੰਪਾਦਨ ਵਿੱਚ ਟੂਲ ਪ੍ਰਦਾਨ ਕਰਦਾ। ਇਹ ਕਲਿੱਪਬੋਰਡ, ਤਸਵੀਰ, ਟੂਲਸ, ਬੁਰਸ਼, ਆਕਾਰ ਅਤੇ ਰੰਗਾਂ ਦੇ ਵਿਕਲਪ ਦਿੰਦਾ ਹੈ। ਕਲਿੱਪਬੋਰਡ ਵਿੱਚ ਤਿੰਨ ਵਿਕਲਪ ਹਨ, ਕੱਟ, ਕਾਪੀ ਅਤੇ ਪੇਸਟ। ਇਹ ਵਿਕਲਪ ਇਸਤੇਮਾਲ ਕਰਕੇ ਤੁਸੀਂ ਤਸਵੀਰ ਵਿੱਚ ਕੁਝ ਕੱਟ ਸਕਦੇ ਹੋ, ਕਾਪੀ ਕਰਕੇ ਜੋੜ ਸਕਦੇ ਹੋ। ਇਹ ਵਿਕਲਪ ਤੁਹਾਨੂੰ ਤਸਵੀਰ ਵਿੱਚ ਇੱਕ ਚੀਜ਼ ਨੂੰ ਕਈ ਵਾਰ ਇਸਤੇਮਾਲ ਕਰਨ ਵਿੱਚ ਮਦਦ ਕਰਦਾ ਹੈ। ਤਸਵੀਰਾਂ ਵਾਲਾ ਭਾਗ ਤੁਹਾਨੂੰ ਤਸਵੀਰਾਂ ਦੀ ਚੋਣ ਅਤੇ ਸੰਪਾਦਨ, ਆਕਾਰ ਛੋਟਾ ਕਰਨ, ਵੱਡਾ ਕਰਨ ਅਤੇ ਘੁਮਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਟੂਲ ਵਿਭਾਗ ਤੁਹਾਨੂੰ ਕਈ ਤਰ੍ਹਾਂ ਦੇ ਟੂਲਸ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੂੰ ਤੁਸੀਂ ਤਸਵੀਰ ਬਣਾਉਣ ਅਤੇ ਉਹਦੀ ਸੰਪਾਦਨਾ ਵਿੱਚ ਇਸਤੇਮਾਲ ਕਰ ਸਕਦੇ ਹੋ। ਇਹ ਟੂਲਸ ਹਨ, ਪੈਨਸਿਲ ਰੰਗ ਭਰਨਾ, ਸੰਦਰਭ ਮੈਟਲ ਵਾਲਾ, ਰੰਗ ਚੁੱਕਣ ਵਾਲਾ ਤੇ ਵਧਾਉਣ ਵਾਲਾ। ਬੁਰਸ਼ਾਂ ਕੋਲ ਡ੍ਰੌਪ ਡਾਊਨ ਮੈਨਿਊ ਹੈ, ਜਿਹੜਾ ਤੁਹਾਨੂੰ ਤਸਵੀਰ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੇ ਬੁਰਸ਼ ਚੁਣਨ ਵਿੱਚ ਮਦਦ ਕਰਦਾ ਹੈ। ਸ਼ੇਪਸ ਵਿਕਲਪ ਲਈ ਕਈ ਤਰ੍ਹਾਂ ਦੇ ਆਕਾਰ ਦਿੰਦਾ ਹੈ, ਜਿਹੜੇ ਤੁਸੀਂ ਆਪਣੀ ਤਸਵੀਰ ਵਿੱਚ ਇਸਤੇਮਾਲ ਕਰ ਸਕਦੇ ਹੋ। ਕਲਰਸ ਵਿਕਲਪ ਤੁਹਾਨੂੰ ਤਸਵੀਰ ਵਿੱਚ ਰੰਗ ਭਰਨ ਲਈ ਕਈ ਰੰਗ ਦਿੰਦਾ ਹੈ। ਦੀਦੀ, ਤੁਸੀਂ ਇਹ ਵੀ ਕਿਹਾ ਕਿ ਅਨਲਾਈਕ ਮਾਈਕਰੋਸਾਫਟ ਵਿੰਡੋਜ਼ ਵੀ ਹਨ, ਇਹਨਾਂ ਵਿੱਚ ਵੀ ਫ੍ਰੀ ਆਪਰੇਟਿੰਗ ਸਿਸਟਮ ਹੁੰਦੇ ਹਨ। ਕੀ ਤੁਸੀਂ ਇਹਨਾਂ ਬਾਰੇ ਜ਼ਿਆਦਾ ਜਾਣਦੇ ਹੋ? ਹਾਂ ਰੋਹਨ, ਲਾਇਨਕਸ ਇੱਕ ਬਹੁਤ ਹੀ ਲੋਕ ਪਾਉਂਦੀ ਫ੍ਰੀ ਜਾਂ ਖੁੱਲ੍ਹਾ ਸੋਰਸ ਆਪਰੇਟਿੰਗ ਸਿਸਟਮ ਹਨ। ਸੌਫਟਵੇਅਰ ਹਰ ਇੱਕ ਲਈ ਖੁੱਲ੍ਹਾ ਹੈ ਅਤੇ ਇਸ ਨੂੰ ਇੰਟਰਨੈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤੇ ਇੱਕ ਚਾਤ ਮਾਰੀਏ। ਲਾਇਨਕਸ ਬਹੁਤ ਲੋਕਾਂ ਦੇ ਮਨ ਪਾਉਂਦੇ ਯੂਨਿਕਸ ਦੇ ਵੇਰਵੇ ਹਨ। ਇਸ ਆਪਰੇਟਿੰਗ ਸਿਸਟਮ ਨੂੰ ਲਾਇਨਕਸ ਟੋਰਵਾਲਡਸ ਨੇ ਵਿਕਸਿਤ ਕੀਤਾ ਹੈ। ਲਾਇਨਕਸ ਦੂਜੇ ਆਪਰੇਟਿੰਗ ਸਿਸਟਮਸ ਨਾਲ ਬਹੁਤ ਰਲਦਾ ਮਿਲਦਾ ਹੈ, ਜਿਵੇਂ ਮਾਈਕਰੋਸਾਫਟ ਵਿੰਡੋਜ਼। ਲਾਇਨਕਸ ਦਾ ਇੱਕ ਵਿਲੱਖਣ ਗੁਣ ਹੈ, ਇਹ ਬੜਾ ਪ੍ਰਗਤੀਸ਼ੀਲ ਹੈ। ਪ੍ਰਯੋਗਕਰਤਾ ਨੂੰ ਛੂਟ ਹੈ ਕਿ ਉਹ ਸੌਫਟਵੇਅਰ ਨੂੰ ਵਿਕਸਿਤ ਕਰੇ, ਬਦਲੇ ਜਾਂ ਫੈਲਾਏ। ਲਾਇਨਕਸ ਦੋ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ, ਫ੍ਰੀ ਡਾਊਨਲੋਡ ਅਤੇ ਵਰਤੋਂ ਵਿਤਰਣ। ਪੂਰੇ ਵਿਸ਼ਵ ਵਿੱਚ ਲੱਖਾਂ ਲੋਕੀ ਲਾਇਨਕਸ ਦਾ ਇਸਤੇਮਾਲ ਸਫਲਾ ਤੌਰ ਤੇ ਕਰ ਰਹੇ ਹਨ। ਲਾਇਨਕਸ ਦੇ ਜ਼ਰੂਰੀ ਅੰਗ ਬਗੈਰ ਕਿਸੇ ਫੀਸ ਦੇ ਇੰਟਰਨੈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਨੇ। ਡਿਸਟ੍ਰੀਬਿਊਸ਼ਨ ਨੂੰ ਇਸਤੇਮਾਲ ਕਰਨ ਦਾ ਇੱਕ ਵਿਕਲਪ ਰਸਤਾ ਇਹ ਹੈ, ਜਿਹੜਾ ਕਈ ਕੰਪਨੀਆਂ ਵੱਲੋਂ ਪ੍ਰਸਤਾਵਿਤ ਕੀਤਾ ਜਾਂਦਾ ਹੈ, ਉਹ ਐਪਲੀਕੇਸ਼ਨਸ ਅਤੇ ਉਹਨਾਂ ਨੂੰ ਸਥਾਪਨਾ ਪ੍ਰੋਗਰਾਮ ਬਹੁਤ ਜ਼ਿਆਦਾ ਅਤੇ ਵੱਖ ਵੱਖ ਤਰ੍ਹਾਂ ਦੇ ਦਿੰਦੇ ਹਨ। ਇਸੇ ਲਈ ਲਾਇਨਕਸ ਸਥਾਪਿਤ ਕਰਨਾ ਸੌਖਾ ਹੈ। ਲਾਇਨਕਸ ਵਿਤਰਣ ਦਾ ਇੱਕ ਹੋਰ ਲੋਕਾਂ ਦੇ ਬਹੁਤ ਮਨ ਪਾਉਂਦਾ ਵਿਤਰਣ ਉਬੁੰਟੂ ਕਹਾਂਦਾ ਹੈ, ਜਿਹੜਾ ਕੈਨੋਨੀਕਲ ਕੰਪਨੀ ਵੱਲੋਂ ਵਿਤਰਿਤ ਕੀਤਾ ਜਾਂਦਾ ਹੈ। ਆਓ ਉਬੁੰਟੂ ਬਾਰੇ ਸਿੱਖੀਏ। ਉਬੁੰਟੂ ਇੱਕ ਖੁੱਲ੍ਹਾ ਸਰੋਤ ਸੌਫਟਵੇਅਰ ਪਲੇਟਫਾਰਮ ਹੈ, ਜਿਹੜਾ ਸਮਾਰਟਫੋਨ, ਟੈਬਲੇਟ ਅਤੇ ਕੰਪਿਊਟਰ ਤੋਂ ਕਿਤੇ ਵੀ ਚੱਲ ਸਕਦਾ ਹੈ। ਉਬੁੰਟੂ ਕੋਲ ਗ੍ਰਾਫਿਕਲ ਯੂਜ਼ਰ ਇੰਟਰਫੇਸ ਜਾਂ GUI ਹੈ। ਇਹ ਦੂਜੇ ਲੋਕ ਪਾਉਂਦੇ ਆਪਰੇਟਿੰਗ ਸਿਸਟਮਸ ਜਿਵੇਂ ਵਿੰਡੋਜ਼ ਜਾਂ ਐਂਡਰਾਇਡ ਵਾਂਗੂ ਹੈ। ਡੈਸਕਟੌਪ ਉੱਤੇ ਕੋਈ ਖਰਾਬੀ ਵੀ ਆ ਜਾਵੇ ਤਾਂ ਵੀ ਉਬੁੰਟੂਸ ਦਾ ਅਨੁਵਾਦ 12.10 ਯੂਨਿਟੀ ਇਸਤੇਮਾਲ ਹੁੰਦਾ ਹੈ। ਯੂਨਿਟੀ ਡੈਸਕਟੌਪ ਵਿੱਚ ਡੈਸਕਟੌਪ ਦੀ ਪਿੱਠਭੂਮੀ ਉੱਤੇ ਦੋ ਬਾਰ ਹੁੰਦੇ ਹਨ, ਜੋ ਮੈਨਿਊ ਬਾਰ ਅਤੇ ਲਾਂਚਰ ਕਹਾਂਦੇ ਹਨ। ਮੈਨਿਊ ਬਾਰ ਚੌਰਸ ਬਾਰ ਹੈ, ਜਿਹੜਾ ਡੈਸਕਟੌਪ ਤੇ ਬਿਲਕੁਲ ਉੱਤੇ ਦਿਸਦਾ ਹੈ। ਲਾਂਚਰ ਇੱਕ ਲੰਮਾ ਬਾਰ ਹੈ, ਜਿਹੜਾ ਬਿਲਕੁਲ ਖੱਬੇ ਪਾਸੇ ਹੁੰਦਾ ਹੈ। ਮੈਨਿਊ ਬਾਰ ਕਈ ਆਮ ਕੰਮਾਂ ਲਈ ਕਿਰਿਆ ਹੋਇਆ ਹੈ, ਜਿਹੜਾ ਉਬੁੰਟੂ ਵਿੱਚ 12.10 ਹੈ। ਮੈਨਿਊ ਬਾਰ ਦੇ ਬਿਲਕੁਲ ਸੱਜੇ ਪਾਸੇ ਦਾ ਖੇਤਰ ਇੰਡੀਕੇਟਰ ਏਰੀਆ ਕਹਾਂਦਾ ਹੈ। ਕੀਬੋਰਡ ਇੰਡੀਕੇਟਰ ਤੁਹਾਨੂੰ ਕੀਬੋਰਡ ਦੀ ਚੋਣ ਅਤੇ ਕੀਬੋਰਡ ਵਿੱਚ ਤਰਜੀਹ ਵਾਲੇ ਬਦਲਾਅ ਵਾਸਤੇ
ਚੋਣ ਕਰਨ ਦੀ ਇਜਾਜ਼ਤ ਦਿੰਦਾ। ਸੁਨੇਹੇ ਵਾਲਾ ਸੰਕੇਤਕ ਸਾਰੀਆਂ ਅਰਜ਼ੀਆਂ ਨੂੰ ਮਿਲਾ ਦਿੰਦਾ ਹੈ, ਜਿਸ ਵਿੱਚ ਤੁਰੰਤ ਮੈਸੰਜਰ ਕਲਾਇੰਟ, ਈਮੇਲ ਕਲਾਇੰਟ, ਮਾਈਕਰੋ ਬਲੌਗਿੰਗਸ ਅਰਜ਼ੀਆਂ ਅਤੇ ਹੋਰ ਰਲਦੀਆਂ ਅਰਜ਼ੀਆਂ ਹਨ। ਨੈੱਟਵਰਕ ਸੰਕੇਤਕ ਤੁਹਾਨੂੰ ਨੈੱਟਵਰਕ ਦੇ ਜੋੜ ਮੇਲ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਸੌਖਾ ਹੀ ਤਾਰ ਵਾਲੇ ਅਤੇ ਬਗੈਰ ਤਾਰ ਵਾਲੇ ਨੈੱਟਵਰਕ ਨਾਲ ਜੋੜਦਾ ਹੈ। ਆਵਾਜ਼ ਦਾ ਸੰਕੇਤਕ ਤੁਹਾਨੂੰ ਆਵਾਜ਼ ਘਟਾਉਣ ਵਧਾਉਣ ਦਾ ਸੌਖਾ ਰਾਹ ਦੱਸਦਾ ਹੈ। ਤੁਸੀਂ ਆਪਣੇ ਮਿਊਜ਼ਿਕ ਪਲੇਅਰ ਤੱਕ ਪਹੁੰਚ ਸਕਦੇ ਹੋ, ਆਵਾਜ਼ ਦੀਆਂ ਸੈਟਿੰਗਸ ਕਰ ਸਕਦੇ ਹੋ। ਘੜੀ ਮੌਜੂਦਾ ਸਮਾਂ ਵਿਖਾਉਂਦੀ ਹੈ ਅਤੇ ਕੈਲੰਡਰ ਸਮਾਂ ਅਤੇ ਤਾਰੀਖ ਦੋਵਾਂ ਸੈਟਿੰਗਸ ਲਈ ਸੌਖਾ ਰਸਤਾ ਦਿੰਦਾ ਹੈ। ਯੂਜ਼ਰ ਮੈਨਿਊ ਤੁਹਾਨੂੰ ਵੱਖ ਵੱਖ ਯੂਜ਼ਰ ਦੇ ਵਿਚਕਾਰ ਜੋੜਨ ਦੀ ਇਜਾਜ਼ਤ ਦਿੰਦਾ ਹੈ ਅਤੇ ਨਾਲ ਹੀ ਆਨਲਾਈਨ ਅਤੇ ਯੂਜ਼ਰ ਖਾਤੇ ਵੀ। ਸਤਰ ਸੰਕੇਤਕ ਵਿਵਸਥਾ ਦੀ ਸੈਟਿੰਗ ਕਰਨ ਦਾ ਰਾਹ ਪ੍ਰਦਾਨ ਕਰਦਾ ਹੈ ਕਿ ਵਿਵਸਥਾ ਸੈਟਿੰਗ, ਸੌਫਟਵੇਅਰ ਅਪਡੇਟਸ, ਪ੍ਰਿੰਟਰਸ ਅਤੇ ਵਿਕਲਪ ਤਰੀਕਿਆਂ ਨੂੰ ਲਾਕ ਕਰਨ, ਸਤਰ ਤੋਂ ਬਾਹਰ ਜਾਣ, ਕੰਪਿਊਟਰ ਨੂੰ ਦੁਬਾਰਾ ਸ਼ੁਰੂ ਕਰਨ ਜਾਂ ਕੰਪਿਊਟਰ ਪੂਰੀ ਤਰ੍ਹਾਂ ਬੰਦ ਕਿਵੇਂ ਕਰੀਏ। ਐਪਲੀਕੇਸ਼ਨ ਮੈਨਿਊ ਉਹ ਵਿਵਸਥਾ ਹੈ ਜਿੱਥੇ ਅਰਜ਼ੀ ਦੇ ਵਿੱਚ ਕਈ ਗਤੀਵਿਧੀਆਂ ਜਿਵੇਂ ਸੰਪਾਦਨ, ਵੇਖਣਾ ਅਤੇ ਕੀਤੀਆਂ ਜਾ ਸਕਦੀਆਂ ਹਨ। ਐਨਲਾਈਕ ਤੇ ਹੋਰ ਜੀ ਯੂ ਆਈ ਵਾਤਾਵਰਣ ਵਿੱਚ ਅਰਜ਼ੀ ਮੈਨਿਊ ਯੂਨਿਟੀ ਵਿੱਚ ਮੈਨਿਊ ਬਾਰ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਕਿਸੇ ਖਾਸ ਅਰਜ਼ੀ ਨੂੰ ਵੇਖਣ ਲਈ ਬਿੰਦੂ ਦਾ ਇਸਤੇਮਾਲ ਕਰਦੇ ਹੋਏ ਤੁਸੀਂ ਮਾਊਸ ਦੇ ਜ਼ਰੀਏ ਡੈਸਕਟੌਪ ਦੇ ਮੈਨਿਊ ਬਾਰ ਦੇ ਅਰਜ਼ੀ ਆਈਕੋਨ ਉੱਤੇ ਚੱਲ ਕੇ ਆ ਸਕਦੇ ਹੋ। ਡੈਸਕਟੌਪ ਦੇ ਬਾਰ ਮੈਨਿਊ ਵਿੱਚ ਤੁਸੀਂ ਅਰਜ਼ੀਆਂ ਨੂੰ ਆਪਣੇ ਆਪ ਇੱਕ ਦੂਜੇ ਦੇ ਉੱਪਰ ਵਿੱਥ ਤੇ ਰੱਖ ਕੇ ਵੇਖਣ ਤੇ ਇਸਤੇਮਾਲ ਕਰਨ ਵਿੱਚ ਸਮਰੱਥ ਹੋ ਸਕਦੇ ਹੋ। ਜਦੋਂ ਮੈਨਿਊ ਬਾਰ ਤੋਂ ਮਾਊਸ ਇੱਕ ਵਾਰੀ ਬਾਹਰ ਆਉਂਦਾ ਹੈ ਤਾਂ ਡੈਸਕਟੌਪ ਦੁਬਾਰਾ ਦਿਸਣ ਲੱਗਦਾ ਹੈ। ਯੂਨਿਟੀ ਦੀ ਇਹ ਖਾਸੀਅਤ ਜਿਸ ਵਿੱਚ ਅਰਜ਼ੀ ਤਾਂ ਹੀ ਦਿਸਦੀ ਹੈ ਜਦੋਂ ਲੋੜ ਹੋਵੇ, ਇਹ ਨੈੱਟਬੁੱਕ ਅਤੇ ਲੈਪਟੌਪ ਇਸਤੇਮਾਲ ਕਰਨ ਵਾਲਿਆਂ ਨੂੰ ਕੰਮ ਕਰਨ ਲਈ ਹੋਰ ਜ਼ਿਆਦਾ ਥਾਂ ਦਿੰਦੀ ਹੈ। ਸਕਰੀਨ ਉੱਤੇ ਖੱਬੇ ਪਾਸੇ ਆਈਕੋਨਸ ਦਾ ਲੰਮਾ ਬਾਰ ਲਾਂਚਰ ਕਹਾਉਂਦਾ ਹੈ। ਇਹ ਜਦੋਂ ਲਾਂਚਰ ਉੱਤੇ ਆਈਕੋਨਸ ਐਕਟਿਵ ਹੁੰਦੇ ਨੇ ਉਹਨਾਂ ਉੱਤੇ ਸੌਖੇ ਹੀ ਅਰਜ਼ੀਆਂ ਲਾਉਣ ਦਾ ਪ੍ਰਸਤਾਵ ਰੱਖਦਾ ਹੈ। ਲਾਂਚਰ ਦੇ ਬਿਲਕੁਲ ਉੱਤੇ ਪਹਿਲਾ ਆਈਕੋਨ ਹੈ ਡੈਸ਼। ਇਹ ਨਵਾਂ ਕੁਝ ਬਣਾਉਣ ਵਾਲੀ ਕੀਜ਼ ਹੈ ਅਤੇ ਯੂਨਿਟੀ ਦਾ ਕੇਂਦਰੀ ਤੱਤ। ਲਾਂਚਰ ਤੋਂ ਅਰਜ਼ੀ ਚਲਾਉਣ ਲਈ ਜਾਂ ਪਹਿਲਾਂ ਤੋਂ ਬਣੀ ਅਰਜ਼ੀ ਨੂੰ ਵੇਖਣ ਲਈ ਐਪਲੀਕੇਸ਼ਨ ਆਈਕੋਨ ਉੱਤੇ ਕਲਿੱਕ ਕਰੋ। ਅਗਰ ਭੂਮੀ ਚ ਗਈ ਅਰਜ਼ੀ ਸੱਜੇ ਪਾਸੇ ਦੇ ਆਈਕੋਨ ਉੱਤੇ ਬਣੇ ਇੱਕ ਚਿੱਟੇ ਤ੍ਰਿਕੋਣ ਰਾਹੀਂ ਦਿਸਦੀ ਹੈ। ਅਰਜ਼ੀ ਜੋੜਨ ਲਈ, ਅਰਜ਼ੀ ਚਲਾਉਣ ਲਈ ਲਾਂਚਰ ਉੱਤੇ ਬਣੇ ਐਪਲੀਕੇਸ਼ਨ ਆਈਕੋਨ ਉੱਤੇ ਕਲਿੱਕ ਕਰੋ ਅਤੇ ਲੌਕ ਟੂ ਲਾਂਚਰ ਚੁਣੋ। ਲਾਂਚਰ ਤੋਂ ਅਰਜ਼ੀ ਹਟਾਉਣ ਲਈ ਐਪਲੀਕੇਸ਼ਨ ਆਈਕੋਨ ਉੱਤੇ ਸੱਜੇ ਕਲਿੱਕ ਕਰੋ, ਫਿਰ ਲਾਂਚਰ ਤੋਂ ਅਨਲੌਕ ਚੁਣੋ। ਡੈਸ਼ ਇੱਕ ਔਜ਼ਾਰ ਹੈ ਜਿਹੜਾ ਤੁਹਾਨੂੰ ਕੰਪਿਊਟਰ ਉੱਤੇ ਅਰਜ਼ੀਆਂ ਲੱਭਣ ਅਤੇ ਉੱਥੋਂ ਤੱਕ ਪਹੁੰਚਣ ਵਿੱਚ ਛੇਤੀ ਛੇਤੀ ਮਦਦ ਕਰਦਾ ਹੈ। ਡੈਸ਼ ਨੂੰ ਖੋਜਣ ਲਈ ਲਾਂਚਰ ਉੱਤੇ ਸਭ ਤੋਂ ਉੱਤੇ ਦੇ ਆਈਕੋਨ ਉੱਤੇ ਕਲਿੱਕ ਕਰੋ। ਇਸ ਆਈਕੋਨ ਤੇ ਉਬੁੰਟੂ ਦਾ ਲੋਗੋ ਆ ਜਾਵੇਗਾ। ਡੈਸ਼ ਆਈਕੋਨ ਚੁਣਨ ਮਗਰੋਂ ਤੁਹਾਨੂੰ ਸਭ ਤੋਂ ਉੱਤੇ ਇੱਕ ਸਰਚ ਬਾਰ ਦੇ ਨਾਲ ਇੱਕ ਹੋਰ ਵਿੰਡੋ ਦਿਸੇਗੀ, ਜਿਸ ਵਿੱਚ ਹੁਣੇ ਇਸਤੇਮਾਲ ਕੀਤੀਆਂ ਗਈਆਂ ਅਰਜ਼ੀਆਂ, ਫਾਈਲਾਂ ਅਤੇ ਡਾਊਨਲੋਡਸ ਦਾ ਸੰਗ੍ਰਹਿ ਹੋਵੇਗਾ। ਡੈਸ਼ ਤੁਹਾਨੂੰ ਦੂਰ ਨੇੜੇ ਦੀਆਂ ਜਾਣਕਾਰੀਆਂ ਖੋਜਣ ਦੀ ਇਜਾਜ਼ਤ ਦਿੰਦਾ ਹੈ। ਡੈਸ਼ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ਫਾਈਲਾਂ, ਫੋਲਡਰ ਅਤੇ ਅਰਜ਼ੀਆਂ ਲੱਭਣਾ ਹੈ। ਵਰਕਸਪੇਸ ਤੁਹਾਨੂੰ ਕਈ ਅਰਜ਼ੀਆਂ ਇਕੱਠੀਆਂ ਰੱਖਣ, ਵੱਖਰੀਆਂ ਕਰਨ, ਭਾਰ ਘਟਾਉਣ, ਡੈਸਕਟੌਪ ਉੱਤੇ ਚਲਾਉਣ ਦੀ ਇਜਾਜ਼ਤ ਦਿੰਦਾ ਹੈ। ਉਬੁੰਟੂ ਕੋਲ ਗਲਤੀ ਨਾਲ 4 ਵਰਕਸਪੇਸ ਹਨ। ਵਰਕਸਪੇਸਿਸ ਨੂੰ ਵਿਚਕਾਰੋਂ ਚਲਾਉਣ ਲਈ ਲਾਂਚਰ ਦੇ ਉੱਤੇ ਬਣੇ ਵਰਕਸਪੇਸ ਸਵਿੱਚ ਉੱਤੇ ਕਲਿੱਕ ਕਰੋ। ਇਹ ਕੰਮ ਤੁਹਾਨੂੰ ਵਰਕਸਪੇਸ ਦੇ ਵਿਚਕਾਰ ਚੱਲਣ ਦੀ ਇਜਾਜ਼ਤ ਦਿੰਦਾ ਹੈ ਅਤੇ ਮੰਗੇ ਗਏ ਵਰਕਸਪੇਸ ਨੂੰ ਚੁਣਦਾ ਹੈ। ਮਿਨੀਮਾਈਜ਼ ਬਟਨ ਸਕਰੀਨ ਉੱਤੇ ਦਿਸਦੀ ਵਿੰਡੋ ਨੂੰ ਹਟਾ ਕੇ ਲਾਂਚਰ ਵਿੱਚ ਰੱਖ ਦਿੰਦਾ ਹੈ। ਮੈਕਸੀਮਾਈਜ਼ ਬਟਨ ਪੂਰੀ ਸਕਰੀਨ ਉੱਤੇ ਵਿੰਡੋ ਦੀ ਅਰਜ਼ੀ ਨੂੰ ਵਿਖਾਉਂਦਾ ਹੈ। ਵਿੰਡੋ ਬੰਦ ਕਰਨ ਲਈ ਵਿੰਡੋ ਦੇ ਉੱਪਰ ਖੱਬੇ ਪਾਸੇ ਬਣੇ ਕ੍ਰੌਸ ਬਟਨ ਉੱਤੇ ਕਲਿੱਕ ਕਰੋ।
ਵਰਕ ਸਪੇਸ ਦੇ ਆਲੇ ਦੁਆਲੇ ਵਿੰਡੋ ਨੂੰ ਚਲਾਉਣ ਲਈ ਵਿੰਡੋ ਦੇ ਟਾਈਟਲ ਬਾਰ ਉੱਤੇ ਮਾਊਸ ਦੇ ਬਿੰਦੂ ਨੂੰ ਰੱਖੋ ਅਤੇ ਕਲਿੱਕ ਕਰਕੇ ਕਸੀੜਦੇ ਹੋਏ ਵਿੰਡੋਜ਼ ਨੂੰ ਲਿਆਓ ਅਤੇ ਫਿਰ ਮਾਊਸ ਬਟਨ ਨੂੰ ਖੱਬੇ ਛੱਡ ਦਿਓ। ਵਿੰਡੋ ਨੂੰ ਕੋਈ ਵੀ ਨਾਪ ਦਾ ਬਣਾਉਣ ਲਈ ਬਿੰਦੂ ਨੂੰ ਵਿੰਡੋ ਦੀ ਨੁੱਕਰ ਜਾਂ ਕੰਢੇ ਉੱਤੇ ਰੱਖੋ ਅਤੇ ਬਿੰਦੂ ਨਾਲ ਵਿੰਡੋ ਦਾ ਨਾਪ ਵੱਡਾ ਕਰੋ। ਦੋ ਕਿਨਾਰਿਆਂ ਦੇ ਬਿੰਦੂ ਨੂੰ ਰੀਸਾਈਜ਼ ਆਈਕੋਨ ਕਹਿੰਦੇ ਹਨ। ਇਸ ਤੇ ਕਲਿੱਕ ਕਰਕੇ ਵਿੰਡੋ ਨੂੰ ਸਹੀ ਨਾਪ ਦਾ ਬਣਾਓ। ਕੰਪਿਊਟਰ ਉੱਤੇ ਫਾਈਲ ਨੂੰ ਲੱਭਣ ਦੇ ਦੋ ਤਰੀਕੇ ਹਨ। ਫਾਈਲ ਖੋਜੋ ਜਾਂ ਫਿਰ ਸਿੱਧਾ ਹੀ ਫੋਲਡਰ ਤੋਂ ਫਾਈਲ ਤੱਕ ਪਹੁੰਚੋ ਜਿਸ ਨੂੰ ਤੁਸੀਂ ਡੈਸ਼ ਦੇ ਜ਼ਰੀਏ ਲਾਂਚਰ ਵਿੱਚ ਰੱਖਿਆ ਸੀ, ਜਾਂ ਫਾਈਲ ਅਤੇ ਫੋਲਡਰ ਦਾ ਟੂਲ ਇਸਤੇਮਾਲ ਕਰੋ ਅਤੇ ਆਮ ਫਾਈਲਾਂ ਖੋਜਣ ਲਈ ਅਤੇ ਇਸੇ ਤਰ੍ਹਾਂ ਹੁਣੇ ਹੁਣੇ ਪ੍ਰਵੇਸ਼ ਕਰਾਈਆਂ ਫਾਈਲਾਂ ਲੱਭੋ। ਗੋ ਮੈਨਿਊ ਆਪਣੇ ਆਪ ਵਿੱਚ ਆਮ ਤੌਰ ਤੇ ਇਸਤੇਮਾਲ ਹੋਣ ਵਾਲੀਆਂ ਫਾਈਲਾਂ ਰੱਖਦਾ ਹੈ। ਗੋ ਤੱਕ ਪਹੁੰਚਣ ਲਈ ਆਪਣੇ ਮਾਊਸ ਨੂੰ ਟੌਪ ਬਾਰ ਉੱਤੇ ਲਿਆਓ ਅਤੇ ਗੋ ਚੁਣੋ। ਫਿਰ ਕੰਪਿਊਟਰ ਵਿੱਚ ਮੈਨਿਊ ਤੇ ਕਲਿੱਕ ਕਰਕੇ ਕੰਪਿਊਟਰ ਵਿੱਚ ਆਪਣੀਆਂ ਫਾਈਲਾਂ ਉੱਤੇ ਆਓ। ਜੇ ਤੁਸੀਂ ਘਰ ਵਿੱਚ ਨੈਟਵਰਕ ਲਾਇਆ ਹੈ ਤਾਂ ਤੁਹਾਨੂੰ ਮੈਨਿਊ ਲੱਭਣਾ ਪਵੇਗਾ ਤਾਂ ਕਿ ਤੁਸੀਂ ਫਾਈਲਾਂ ਅਤੇ ਫੋਲਡਰਾਂ ਤੱਕ ਪਹੁੰਚ ਸਕੋ। ਹੋਮ ਫੋਲਡਰ ਦਾ ਇਸਤੇਮਾਲ ਨਿੱਜੀ ਫਾਈਲਾਂ ਰੱਖਣ ਲਈ ਕੀਤਾ ਜਾਂਦਾ ਹੈ। ਇਹ ਇਸਤੇਮਾਲ ਕਰਨ ਵਾਲੇ ਦੇ ਲੌਗਇਨ ਨਾਂ ਨਾਲ ਮੇਲ ਖਾਂਦਾ ਹੈ। ਇਸ ਦੇ ਅੰਦਰ ਬਹੁਤ ਸਾਰੇ ਫੋਲਡਰ ਹੁੰਦੇ ਹਨ ਜਿਹੜੇ ਇੰਸਟਾਲੇਸ਼ਨ ਪ੍ਰਕਿਰਿਆ ਦੇ ਦੌਰਾਨ ਆਪਣੇ ਆਪ ਹੀ ਬਣ ਜਾਂਦੇ ਹਨ। ਇਹਦੇ ਵਿੱਚ ਡੈਸਕਟੌਪ, ਡਾਊਨਲੋਡਸ, ਸੰਗੀਤ, ਦਸਤਾਵੇਜ਼, ਤਸਵੀਰਾਂ, ਪਬਲਿਕ ਟੈਂਪਲੇਟਸ ਤੇ ਵੀਡੀਓ ਹਨ। ਵਿੰਡੋਜ਼ ਕੋਲ ਵਿੰਡੋਜ਼ ਐਕਸਪਲੋਰਰ ਹੁੰਦਾ ਹੈ ਜੋ ਫਾਈਲਾਂ ਅਤੇ ਫੋਲਡਰਸ ਰੱਖਦਾ ਹੈ। ਉਬੁੰਟੂ ਜਿਹੜਾ ਹੈ ਉਹ ਨੋਟੀਲਸ ਫਾਈਲ ਮੈਨੇਜਰ ਦੇ ਜ਼ਰੀਏ ਖਰਾਬ ਹੋਈਆਂ ਫਾਈਲਾਂ ਅਤੇ ਫੋਲਡਰਸ ਸਾਂਭ ਕੇ ਰੱਖਦਾ ਹੈ। ਦੀਦੀ, ਨੋਟੀਲਸ ਫਾਈਲ ਮੈਨੇਜਰ ਕਿੱਥੇ ਹੈ? ਡੈਸਕਟੌਪ ਉੱਤੇ ਪਏ ਫੋਲਡਰ ਉੱਤੇ ਸਿਰਫ ਦੋ ਵਾਰੀ ਕਲਿੱਕ ਕਰੋ। ਨੋਟੀਲਸ ਫਾਈਲ ਮੈਨੇਜਰ ਵਿੰਡੋ ਖੁੱਲ ਜਾਂਦੀ ਹੈ। ਖਰਾਬ ਵਿੰਡੋ ਵਿੱਚ ਹੇਠ ਲਿਖੀਆਂ ਖਾਸੀਅਤਾਂ ਹਨ: ਮੀਨੂ ਬਾਰ, ਟਾਈਟਲ ਬਾਰ, ਟੂਲ ਬਾਰ, ਲੈਫਟ ਪੇਨ ਤੇ ਸੈਂਟਰਲ ਪੇਨ। ਨੋਟੀਲਸ ਚਲਾਉਣ ਲਈ ਇਸ ਤਰ੍ਹਾਂ ਕਰੋ। ਫੋਲਡਰਸ ਦੇ ਵਿਚਕਾਰ ਚੱਲਣ ਲਈ ਨੋਟੀਲਸ ਫਾਈਲ ਮੈਨੇਜਰ ਦੇ ਖੱਬੇ ਪੇਨ ਵਿੱਚ ਬੁੱਕ ਮਾਰਕਸ ਦਾ ਇਸਤੇਮਾਲ ਕਰੋ। ਪਿੱਛੇ ਜਾਣ ਲਈ ਪਾਥ ਬਾਰ ਵਿੱਚ ਫੋਲਡਰ ਦੇ ਨਾਂ ਉੱਤੇ ਕਲਿੱਕ ਕਰੋ। ਦਿਸ ਰਹੇ ਫੋਲਡਰ ਉੱਤੇ ਦੋ ਵਾਰੀ ਕਲਿੱਕ ਕਰੋਗੇ ਤਾਂ ਇਹ ਤੁਹਾਨੂੰ ਚੱਲਣ ਵਿੱਚ ਮਦਦ ਕਰੇਗਾ। ਨੋਟੀਲਸ ਨਾਲ ਫਾਈਲ ਖੋਲਣ ਲਈ ਜਾਂ ਤਾਂ ਇਸ ਦੇ ਆਈਕੋਨ ਉੱਤੇ ਦੋ ਵਾਰੀ ਕਲਿੱਕ ਕਰੋ ਜਾਂ ਫਿਰ ਆਈਕੋਨ ਉੱਤੇ ਸੱਜੇ ਕਲਿੱਕ ਕਰੋ ਤਾਂ ਜਿਹੜੇ ਵਿਕਲਪ ਖੁੱਲਣ ਉਹਨਾਂ ਵਿੱਚੋਂ ਇੱਕ ਚੁਣੋ। ਨੋਟੀਲਸ ਤੋਂ ਨਵਾਂ ਫੋਲਡਰ ਬਣਾਉਣ ਲਈ ਪਹਿਲਾਂ ਫਾਈਲ ਉੱਤੇ ਕਲਿੱਕ ਕਰੋ ਅਤੇ ਫਿਰ ਕ੍ਰੀਏਟ ਨਿਊ ਫੋਲਡਰ ਉੱਤੇ ਕਲਿੱਕ ਕਰੋ। ਫਿਰ ਫੋਲਡਰ ਨੂੰ ਨਾਂ ਦਿਓ। ਫਿਰ ਜਿਹੜਾ ਅਨਟਾਈਟਲਡ ਫੋਲਡਰ ਦੇ ਨਾਂ ਤੋਂ ਦਿਸਦਾ ਹੈ ਇਸ ਥਾਂ ਉੱਤੇ ਮਨਚਾਇਆ ਨਾਂ ਲਿਖੋ। ਇਹ ਨੋਟੀਲਸ ਵਿੱਚ ਫਾਈਲ ਨੂੰ ਸਾਂਭ ਕੇ ਰੱਖਦਾ ਹੈ। ਫਾਈਲ ਜਾਂ ਫੋਲਡਰ ਨੂੰ ਕਾਪੀ ਇਸ ਤਰ੍ਹਾਂ ਕਰੋ। ਪਹਿਲਾਂ ਐਡਿਟ ਤੇ ਕਲਿੱਕ ਕਰੋ, ਫਿਰ ਕਾਪੀ ਕਰਨ ਲਈ ਆਈਟਮ ਉੱਤੇ ਸੱਜੇ ਕਲਿੱਕ ਕਰੋ, ਫਿਰ ਪੌਪ ਅਪ ਮੈਨਿਊ ਵਿੱਚ ਕਾਪੀ ਚੁਣੋ। ਹੁਣ ਤੁਸੀਂ ਜਿੱਥੇ ਚਾਹੋ ਇਸ ਕੀਤੀ ਗਈ ਕਾਪੀ ਨੂੰ ਜੋੜ ਸਕਦੇ ਹੋ। ਤੁਸੀਂ ਇਹਨਾਂ ਤੇ ਚੱਲ ਕੇ ਬਹੁਵਿਧ ਨੋਟੀਲਸ ਵਿੰਡੋਜ਼ ਵੀ ਖੋਲ ਸਕਦੇ ਹੋ। ਪਹਿਲਾਂ ਫਾਈਲ ਚੁਣੋ, ਫਿਰ ਨਵੀਂ ਵਿੰਡੋ ਉੱਤੇ ਕਲਿੱਕ ਕਰੋ। ਇਹ ਇੱਕ ਨਵੀਂ ਵਿੰਡੋ ਖੁੱਲੇਗੀ ਜਿਹੜੀ ਦੋ ਥਾਵਾਂ ਦੇ ਵਿਚਕਾਰ ਤੁਹਾਨੂੰ ਫਾਈਲ ਜਾਂ ਫੋਲਡਰ ਕਸੀਟ ਕੇ ਲਿਆਉਣ ਦੀ ਇਜਾਜ਼ਤ ਦਿੰਦੀ ਹੈ। ਨਵਾਂ ਟੈਬ ਖੋਲਣ ਲਈ ਪਹਿਲਾਂ ਫਾਈਲ ਉੱਤੇ ਕਲਿੱਕ ਕਰੋ। ਫਿਰ ਨਵਾਂ ਟੈਬ ਤੁਹਾਨੂੰ ਇੱਕ ਨਵੀਂ ਲਾਈਨ ਦਿਸੇਗੀ ਜਿੱਥੇ ਉੱਤੇ ਥਾਂ ਤੇ ਦੋ ਟੈਬਾਂ ਦੇ ਵਿੱਚ ਤੁਸੀਂ ਆਪਣੀਆਂ ਫਾਈਲਾਂ ਰੱਖ ਸਕਦੇ ਹੋ। ਦੂਜਾ ਪੇਨ ਖੋਲਣ ਲਈ ਵਿਊ ਉੱਤੇ ਕਲਿੱਕ ਕਰੋ। ਇਹ ਤੁਹਾਨੂੰ ਸਕਰੀਨ ਉੱਤੇ ਇੱਕੋ ਵਾਰ ਵਿੱਚ ਦੋ ਥਾਵਾਂ ਵੇਖਣ ਵਿੱਚ ਮਦਦ ਕਰਦਾ ਹੈ। ਇਹਦੇ ਲਈ ਟੈਬਸ ਉੱਤੇ ਵਿੰਡੋਜ਼ ਦੇ ਵਿਚਕਾਰ ਸਵਿੱਚ ਦੀ ਵੀ ਲੋੜ ਨਹੀਂ। ਨੋਟੀਲਸ ਜਾਂ ਡੈਸ਼ ਦਾ ਇਸਤੇਮਾਲ ਕਰਕੇ ਤੁਸੀਂ ਫਾਈਲਾਂ ਅਤੇ ਫੋਲਡਰ ਲੱਭ ਸਕਦੇ ਹੋ। ਨੋਟੀਲਸ ਵਿੱਚ ਗੋ ਉੱਤੇ ਕਲਿੱਕ ਕਰੋ, ਫਾਈਲਾਂ ਲਈ ਸਰਚ ਦੱਬੋ ਜਾਂ CTRL ਪਲੱਸ F ਦੱਬੋ ਤੇ ਫਿਰ ਜੋ ਤੁਸੀਂ ਲੱਭਣਾ ਚਾਹੁੰਦੇ ਹੋ ਉਹ ਟਾਈਪ ਕਰੋ। ਡੈਸ਼ ਵਿੱਚ ਡੈਸ਼ ਦੇ ਸਭ ਤੋਂ ਉੱਤੇ ਸਰਚ ਬਾਰ ਵਿੱਚ ਸਿਰਫ ਲੱਭਣ ਦੀ ਸ਼ਰਤਾਂ ਟਾਈਪ ਕਰੋ।
ਉਬੁੰਟੂ ਵਿੱਚ ਸਭ ਤੋਂ ਵੱਧ ਲੋਕਾਂ ਦੇ ਮਨ ਪਾਉਂਦਾ ਸੇਵਕ ਹੈ ਲਾਈਬਰ ਆਫਿਸ, ਜਿਹੜਾ ਇਸ ਵਿੱਚ ਗਲਤੀ ਨਾਲ ਲਾਇਆ ਗਿਆ ਹੈ। ਇਹ ਮਾਈਕਰੋਸਾਫਟ ਵਰਡ ਅਤੇ ਐਕਸਲ ਅਤੇ ਪਾਵਰ ਪੁਆਇੰਟ ਵਾਂਗੂ ਵੀ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਲਈ ਕਿ ਲਾਈਬਰ ਆਫਿਸ ਇੱਕ ਖੁੱਲ੍ਹਾ ਸਰੋਤ ਸਾਫਟਵੇਅਰ ਹੈ। ਇਹ ਸਾਰੀਆਂ ਅਰਜ਼ੀਆਂ ਲਾਂਚਰ ਦੇ ਜ਼ਰੀਏ ਪਹੁੰਚ ਸਕਦੀਆਂ ਹਨ। ਇਹਦੇ ਵਿੱਚ ਹੇਠਾਂ ਲਿਖੇ ਹਿੱਸੇ ਹਨ ਜਿਹੜੇ ਦੂਜੇ ਓਪਰੇਟਿੰਗ ਸਿਸਟਮਸ ਵਿੱਚ ਵੱਖਰੇ ਨਾਵਾਂ ਤੋਂ ਮਿਲਦੇ ਹਨ। ਰਾਈਟਰ, ਸ਼ਬਦ ਪ੍ਰਕਿਰਿਆ, ਕਾਲਕ, ਸਪਰੈਡਸ਼ੀਟ, ਇੰਪ੍ਰੈਸ, ਪ੍ਰਸਤੁਤੀ ਪ੍ਰਬੰਧਕ, ਡਰਾ, ਪ੍ਰੋਗਰਾਮ ਉਲੀਕਣਾ, ਬੇਸ, ਡਾਟਾਬੇਸ, ਮੈਥ, ਸਮੀਕਰਨ ਸੰਪਾਦਕ। ਓਪਨ ਸੋਰਸ ਓਪਰੇਟਿੰਗ ਸਿਸਟਮ ਸਿੱਖਦੇ ਹੋਏ ਚੰਗਾ ਲੱਗਾ। ਹੁਣ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਾਂ। ਦੀਦੀ, ਮੋਬਾਈਲ ਫੋਨਾਂ ਤੇ ਟੈਬਲੇਟਾਂ ਵਿੱਚ ਵੀ ਕੰਪਿਊਟਰ ਵਾਂਗੂ ਓਪਰੇਟਿੰਗ ਸਿਸਟਮ ਹੁੰਦਾ ਹੈ? ਹਾਂ ਰੋਹਨ, ਅੱਜ ਕੱਲ ਮੋਬਾਈਲ ਫੋਨ ਅਤੇ ਟੈਬਲੇਟ ਵਿੱਚ ਨਿੱਜੀ ਕੰਪਿਊਟਰ ਓਪਰੇਟਿੰਗ ਸਿਸਟਮ ਦੇ ਤਕਰੀਬਨ ਇੱਕੋ ਜਿਹੇ ਗੁਣ ਹੁੰਦੇ ਹਨ, ਜਿਸ ਵਿੱਚ ਟੱਚ ਸਕਰੀਨ, ਸੈਲੂਲਰ, ਬਲੂਟੂਥ, ਵਾਈਫਾਈ, ਜੀਪੀਐਸ, ਮੋਬਾਈਲ ਨੈਵੀਗੇਸ਼ਨ, ਕੈਮਰਾ, ਵੀਡੀਓ ਕੈਮਰਾ, ਸਪੀਚ ਰਿਕਗਨੀਸ਼ਨ, ਆਵਾਜ਼ ਦਾ ਰਿਕਾਰਡਰ, ਮਿਊਜ਼ਿਕ ਪਲੇਅਰ ਅਤੇ ਹੋਰ ਕਈ ਵਿਸ਼ੇਸ਼ਤਾਵਾਂ ਸ਼ਾਮਲ ਹਨ। ਜ਼ਿਆਦਾਤਰ ਮੋਬਾਈਲ ਫੋਨ ਦੇ ਓਪਰੇਸ਼ਨ ਸਿਸਟਮ ਹਨ ਐਂਡਰਾਇਡ, ਵਿੰਡੋਜ਼ ਜਾਂ ਸਿੰਬੀਅਨ। ਓ, ਮੈਂ ਮੋਬਾਈਲ ਫੋਨਾਂ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ, ਕੀ ਤੁਸੀਂ ਮੈਨੂੰ ਪੜ੍ਹਾ ਸਕਦੇ ਹੋ? ਹਾਂ, ਕਿਉਂ ਨਹੀਂ, ਚਲੋ ਸ਼ੁਰੂ ਕਰਦੇ ਹਾਂ ਕਿ ਮੋਬਾਈਲ ਫੋਨ ਵਿੱਚ ਵੱਖ ਵੱਖ ਖੂਬੀਆਂ ਕਿਵੇਂ ਇਸਤੇਮਾਲ ਕਰੀਏ। ਪਹਿਲਾਂ ਇੱਥੇ ਸਿੱਖੋ ਕਿ ਮੋਬਾਈਲ ਫੋਨ ਤੋਂ ਕਾਲ ਕਿਵੇਂ ਕਰੀਏ। ਕਾਲ ਕਰਨ ਲਈ ਮੋਬਾਈਲ ਦੇ ਕੀਪੈਡ ਉੱਤੇ ਫੋਨ ਨੰਬਰ ਟਾਈਪ ਕਰੋ। ਜੇ ਤੁਹਾਡੇ ਕੋਲ ਸਮਾਰਟਫੋਨ ਹੈ, ਹੋਮ ਸਕਰੀਨ ਉੱਤੇ ਫੋਨ ਆਈਕੋਨ ਲੱਭੋ ਤੇ ਉਸ ਨੂੰ ਦੱਬੋ। ਤੁਸੀਂ ਸਕਰੀਨ ਉੱਤੇ ਨੰਬਰ ਪੈਡ ਵੇਖੋਗੇ, ਜਿਹੜੇ ਨੰਬਰ ਤੁਸੀਂ ਡਾਇਲ ਕਰਨਾ ਚਾਹੁੰਦੇ ਹੋ ਟਾਈਪ ਕਰੋ। ਇਸ ਤੋਂ ਬਾਅਦ ਹਰਾ ਬਟਨ ਜਾਂ ਆਨਸਰ ਕੀ ਜਿਹੜੇ ਖੱਬੇ ਪਾਸੇ ਹੈ ਉਸ ਨੂੰ ਦੱਬੋ। ਸਮਾਰਟਫੋਨ ਦੇ ਮਾਮਲੇ ਵਿੱਚ ਹਰਾ ਬਟਨ ਦੱਬੋ, ਸਕਰੀਨ ਉੱਤੇ ਦਿਸੇਗਾ ਕਿ ਤੁਹਾਡਾ ਨੰਬਰ ਮਿਲ ਜਾਂ ਜੁੜ ਰਿਹਾ ਹੈ, ਫਿਰ ਤੁਸੀਂ ਕਾਲ ਕਰ ਸਕਦੇ ਹੋ। ਕਾਲ ਖਤਮ ਕਰਨ ਲਈ ਲਾਲ ਬਟਨ ਦੱਬੋ, ਕਾਲ ਬੰਦ ਹੋ ਜਾਏਗੀ। ਹੁਣ ਸਿੱਖੋ ਕਿ ਕਿਵੇਂ ਤੁਸੀਂ ਕਾਲ ਦਾ ਜਵਾਬ ਦੇਣਾ ਹੈ ਜਾਂ ਕਾਲ ਕੱਟਣੀ ਹੈ। ਜਦੋਂ ਤੁਹਾਡੇ ਫੋਨ ਦੀ ਘੰਟੀ ਵੱਜੇ, ਫੋਨ ਦਾ ਜਵਾਬ ਦੇਣ ਲਈ ਹਰਾ ਬਟਨ ਦੱਬੋ। ਸਮਾਰਟਫੋਨ ਵਿੱਚ ਜਵਾਬ ਦੇਣ ਲਈ ਖੱਬੇ ਪਾਸਿਓਂ ਸੱਜੇ ਨੂੰ ਖਿਸਕਾ ਦਿਓ। ਕਾਲ ਕੱਟਣੀ ਹੋਵੇ ਤਾਂ ਸੱਜੇ ਪਾਸੇ ਦੇ ਲਾਲ ਬਟਨ ਨੂੰ ਦੱਬੋ। ਸਮਾਰਟਫੋਨ ਵਿੱਚ ਫੋਨ ਨਾ ਸੁਣਨਾ ਹੋਵੇ ਤਾਂ ਸੱਜੇ ਪਾਸਿਓਂ ਖੱਬੇ ਨੂੰ ਖਿਸਕਾ ਦਿਓ। ਅਸੀਂ ਪਿਛਲੇ ਡਾਇਲ ਕੀਤੇ ਨੰਬਰ ਤੋਂ ਕਿਵੇਂ ਕਾਲ ਕਰ ਸਕਦੇ ਹਾਂ? ਸੌਖਾ ਏ, ਹੋਮ ਸਕਰੀਨ ਉੱਤੇ ਖੱਬੇ ਪਾਸੇ ਦਿਸਦੇ ਹਰੇ ਬਟਨ ਨੂੰ ਦੱਬ ਦਿਓ। ਇਹ ਹੁਣੇ ਹੁਣੇ ਡਾਇਲ ਕੀਤੇ ਸਾਰੇ ਨੰਬਰਾਂ ਦੀ ਸੂਚੀ ਵਿਖਾ ਦੇਵੇਗਾ। ਸਮਾਰਟਫੋਨ ਵਿੱਚ ਫੋਨ ਆਈਕੋਨ ਉੱਤੇ ਕਲਿੱਕ ਕਰੋ। ਇਹ ਸਾਰੀਆਂ ਕਾਲਾਂ ਵਿਖਾਏਗਾ ਜਿਹੜੀਆਂ ਡਾਇਲ ਕੀਤੀਆਂ, ਸੁਣੀਆਂ ਅਤੇ ਮਿਸ ਹੋਈਆਂ। ਉਸ ਤੋਂ ਬਾਅਦ ਨੰਬਰ ਦੀ ਚੋਣ ਕਰੋ ਅਤੇ ਫਿਰ ਦੁਬਾਰਾ ਹਰਾ ਬਟਨ ਦੱਬ ਦਿਓ। ਇਸੇ ਤਰ੍ਹਾਂ ਸਮਾਰਟਫੋਨ ਉੱਤੇ ਨੰਬਰ ਚੁਣ ਕੇ ਕਲਿੱਕ ਕਰੋ। ਇਹ ਨੰਬਰ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਹੈ ਕਿ ਕਿਵੇਂ ਤੁਸੀਂ ਕਾਲ ਦਾ ਇਤਿਹਾਸ ਜਾਣ ਸਕਦੇ ਹੋ। ਪਹਿਲਾਂ ਸਟੈਂਡ ਬਾਈ ਮੋਡ ਵਿੱਚ ਮੈਨਿਊ ਦੱਬੋ। ਸਮਾਰਟਫੋਨ ਵਿੱਚ ਫੋਨ ਆਈਕੋਨ ਉੱਤੇ ਕਲਿੱਕ ਕਰੋ। ਫਿਰ ਕਾਲ ਰਜਿਸਟਰ, ਕਾਲ ਦਾ ਇਤਿਹਾਸ, ਕਾਲ ਲੌਗ ਚੁਣੋ। ਇਸ ਤੋਂ ਬਾਅਦ ਤੁਹਾਨੂੰ ਤਿੰਨ ਨਾਂ ਦੇ ਟੈਬ ਦਿਸਣਗੇ, ਰਿਸੀਵਡ ਕਾਲਸ, ਡਾਇਲਡ ਕਾਲਸ ਅਤੇ ਮਿਸਡ ਕਾਲਸ। ਫਿਰ ਜਿਹੜਾ ਟੈਬ ਤੁਸੀਂ ਵੇਖਣਾ ਚਾਹੁੰਦੇ ਹੋ ਉਸ ਉੱਤੇ ਕਲਿੱਕ ਕਰੋ। ਇਹ ਤੁਹਾਨੂੰ ਕਾਲਾਂ ਦੀ ਪੂਰੀ ਸੂਚੀ ਵਿਖਾਏਗਾ, ਜਿਸ ਵਿੱਚ ਹਰ ਸਾਲ ਦਾ ਤਾਰੀਖ ਅਤੇ ਸਮਾਂ ਹੋਵੇਗਾ। ਸਮਾਰਟਫੋਨ ਵਿੱਚ ਸਾਰੀਆਂ ਕਾਲਾਂ ਇੱਕੋ ਸੂਚੀ ਵਿੱਚ ਦਿਸਣਗੀਆਂ। ਹਰਾ ਤੀਰ ਪ੍ਰਾਪਤ ਕੀਤੀਆਂ ਕਾਲਾਂ ਵਿਖਾਉਂਦਾ ਹੈ, ਨੀਲਾ ਤੀਰ ਡਾਇਲ ਕੀਤੀਆਂ ਕਾਲਾਂ ਵਿਖਾਉਂਦਾ ਹੈ ਅਤੇ ਲਾਲ ਤੀਰ ਮਿਸਡ ਕਾਲਾਂ ਵਿਖਾਉਂਦਾ ਹੈ। ਤੁਸੀਂ ਫੋਨ ਨੰਬਰ ਉੱਤੇ ਕਾਲ ਕਰ ਸਕਦੇ ਹੋ, ਕੰਟੈਕਟ ਬੁੱਕ ਵਿੱਚ ਨੰਬਰ ਸਾਂਭ ਸਕਦੇ ਹੋ ਜਾਂ ਨੰਬਰ ਨੂੰ ਸੁਨੇਹਾ ਭੇਜ ਸਕਦੇ ਹੋ। ਮੋਬਾਈਲ ਫੋਨ ਵਿੱਚ ਆਵਾਜ਼ ਸੈੱਟ ਕਰਨ ਲਈ ਇਸ ਤਰ੍ਹਾਂ ਕਰੋ। ਪਹਿਲਾਂ ਫੋਨ ਦੀ ਮੁੱਖ ਸਕਰੀਨ ਉੱਤੇ ਮੈਨਿਊ ਬਟਨ ਦੱਬੋ। ਫਿਰ ਮੈਨਿਊ ਵਿੱਚ ਆਏ ਵਿਕਲਪਾਂ ਵਿੱਚ ਸੈਟਿੰਗਸ ਉੱਤੇ ਕਲਿੱਕ ਕਰੋ। ਫਿਰ ਸੈਟਿੰਗਸ ਮੈਨਿਊ ਵਿੱਚੋਂ ਆਵਾਜ਼ਾਂ ਦਾ ਆਡੀਓ ਵਿਕਲਪ ਚੁਣੋ। ਇਸ ਮਗਰੋਂ ਸਾਊਂਡਸ ਮੈਨਿਊ ਵਿੱਚੋਂ ਆਵਾਜ਼ ਦਾ ਵਿਕਲਪ ਲੱਭੋ।
ਇੱਥੇ ਤੁਹਾਨੂੰ ਆਵਾਜ਼ ਉੱਤੇ ਕਾਬੂ ਪਾਉਣ ਵਾਲਾ ਰਿੰਗਰ ਜਾਂ ਰਿੰਗ ਟੋਨ ਮਿਲਣਗੀਆਂ। ਆਖੀਰ ਵਿੱਚ ਸਪੀਕਰ ਵਿਕਲਪ ਉੱਤੇ ਕਲਿੱਕ ਕਰੋ ਅਤੇ ਆਪਣੇ ਮੁਤਾਬਕ ਆਵਾਜ਼ ਦੇ ਪੱਧਰ ਨੂੰ ਸੈੱਟ ਕਰਨ ਲਈ ਕੀਪੈਡ ਉੱਤੇ ਅਪ ਜਾਂ ਡਾਊਨ ਦਬੋ। ਤੁਹਾਡੇ ਸਮਾਰਟਫੋਨ ਉੱਤੇ ਬਾਹਰਲੇ ਪਾਸੇ ਆਵਾਜ਼ ਕਾਬੂ ਕਰਨ ਦਾ ਬਟਨ ਹੈ। ਆਵਾਜ਼ ਵਧਾਉਣ ਜਾਂ ਘਟਾਉਣ ਲਈ ਇਸ ਨੂੰ ਬਸ ਥੋੜਾ ਜਿਹਾ ਦਬਣਾ ਹੈ। ਮੈਂ ਆਪਣੇ ਮਿੱਤਰ ਅਮਿਤ ਦਾ ਫੋਨ ਨੰਬਰ ਅਤੇ ਨਾਂ ਸ਼ਾਮਲ ਕਰਨਾ ਚਾਹੁੰਦਾ, ਮੈਂ ਕਿਵੇਂ ਕਰ ਸਕਦਾ? ਨਵੇਂ ਸੰਪਰਕ ਤੁਸੀਂ ਇਸ ਤਰ੍ਹਾਂ ਰਲਾ ਸਕਦੇ ਹੋ। ਜਦੋਂ ਫੋਨ ਸਟੈਂਡ ਬਾਈ ਮੋਡ ਵਿੱਚ ਹੈ, ਮੈਨਿਊ ਦਬੋ। ਸਮਾਰਟਫੋਨ ਵਿੱਚ ਫੋਨ ਆਈਕੋਨ ਉੱਤੇ ਕਲਿੱਕ ਕਰੋ। ਫਿਰ ਮੈਨਿਊ ਦੇ ਹੇਠ ਆਪਣੇ ਸੈੱਲ ਫੋਨ ਉੱਤੇ ਫੋਨ ਬੁੱਕ ਵਿੱਚ ਜਾਓ। ਇਹ ਫੋਨ ਦੀ ਤਸਵੀਰ ਜਾਂ ਵਰਡਸ ਫੋਨ, ਫੋਨ ਬੁੱਕ ਜਾਂ ਸੰਪਰਕ ਦੁਆਰਾ ਹੋਮ ਸਕਰੀਨ ਉੱਤੇ ਬਿਆਨ ਕਰਦਾ ਹੈ। ਹੁਣ ਉਪਲਬਧ ਵਿਕਲਪਾਂ ਵਿੱਚੋਂ ਐਡ ਨਿਊ ਕੰਟੈਕਟ ਚੁਣੋ। ਪਹਿਲਾਂ ਜਿਹੜਾ ਸੰਪਰਕ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ ਉਸ ਦਾ ਫੋਨ ਨੰਬਰ ਦਾਖਲ ਕਰੋ। ਜਿਹੜਾ ਸਕਰੀਨ ਉੱਤੇ ਰੂਪ ਦਿਖਾਈ ਦੇਵੇ ਉਸ ਦਾ ਏਰੀਆ ਕੋਡ ਵੀ ਨਾਲ ਪਾਓ। ਸਮਾਰਟਫੋਨ ਵਿੱਚ ਨੰਬਰ ਪੈਡ ਉੱਤੇ ਅੰਕ ਟਾਈਪ ਕਰੋ। ਐਡ ਟੂ ਕੰਟੈਕਟਸ ਵਿੱਚ ਕਲਿੱਕ ਕਰੋ ਅਤੇ ਫਿਰ ਕ੍ਰੀਏਟ ਨਿਊ ਕੰਟੈਕਟ ਉੱਤੇ ਅਤੇ ਫਿਰ ਦਿੱਤੇ ਗਏ ਖੇਤਰ ਵਿੱਚ ਆਪਣੇ ਮਿੱਤਰ ਦਾ ਪਹਿਲਾ ਅਤੇ ਆਖਰੀ ਨਾਂ ਦਾਖਲ ਕਰੋ। ਫਿਰ ਤੁਸੀਂ ਪੱਕਾ ਕਰੋ ਕਿ ਇਸ ਨੂੰ ਸੇਵ ਕਰਨਾ ਹੈ ਜਾਂ ਐਡ ਟੂ ਕੰਟੈਕਟਸ ਵਿੱਚ ਜਾਣਾ ਹੈ। ਉਸ ਬਟਨ ਤੇ ਕਲਿੱਕ ਕਰਕੇ ਜਾਣਕਾਰੀ ਨੂੰ ਸਾਂਭੋ। ਨਵਾਂ ਸੰਪਰਕ ਨੰਬਰ ਤੁਹਾਡੇ ਮੋਬਾਈਲ ਫੋਨ ਵਿੱਚ ਜੁੜ ਜਾਏਗਾ। ਪਹਿਲਾਂ ਤੋਂ ਸਾਂਭੇ ਸੰਪਰਕ ਨੰਬਰਾਂ ਦੇ ਵੇਰਵੇ ਨੂੰ ਸੰਪਾਦਨ ਕਰਨ ਲਈ ਸੰਪਰਕ ਨਾਂ ਚੁਣੋ, ਫਿਰ ਐਡਿਟ ਦਬੋ ਜਾਂ ਕਲਿੱਕ ਕਰੋ, ਫਿਰ ਸਹੀ ਜਾਣਕਾਰੀ ਟਾਈਪ ਕਰੋ ਅਤੇ ਸੇਵ ਨੂੰ ਦਬੋ ਜਾਂ। ਹੁਣ ਮੈਂ ਤੁਹਾਨੂੰ ਵਿਖਾਵਾਂਗੀ ਕਿ ਸੁਨੇਹਾ ਕਿਵੇਂ ਭੇਜਣਾ ਹੈ। ਸਟੈਂਡ ਬਾਈ ਮੋਡ ਵਿੱਚ ਮੈਨਿਊ ਦਬੋ, ਫਿਰ ਮੈਸੇਜਿੰਗ ਚੁਣੋ ਅਤੇ ਫਿਰ ਟੈਕਸਟ ਮੈਸੇਜਿਸ ਅਤੇ ਫਿਰ ਸੁਨੇਹਾ ਬਣਾਓ। ਸਮਾਰਟਫੋਨ ਵਿੱਚ ਹੋਮ ਸਕਰੀਨ ਉੱਤੇ ਮੈਸੇਜਿੰਗ ਆਈਕੋਨ ਲੱਭੋ। ਇਸ ਆਈਕੋਨ ਨੂੰ ਦਬੋ। ਤੁਸੀਂ ਸੁਨੇਹਿਆਂ ਦੀ ਇੱਕ ਸੂਚੀ ਵੇਖੋਗੇ। ਕ੍ਰੀਏਟ ਮੈਸੇਜ, ਰਾਈਟਿੰਗ ਟੈਕਸਟ ਚੁਣੋ। ਸਮਾਰਟਫੋਨ ਵਿੱਚ ਰਾਈਟਿੰਗ ਮੈਸੇਜ ਆਈਕੋਨ ਉੱਤੇ ਕਲਿੱਕ ਕਰੋ। ਟੈਕਸਟ ਬਾਕਸ ਵਿੱਚ ਜਾ ਕੇ ਆਪਣਾ ਸੁਨੇਹਾ ਲਿਖੋ। ਨਾਲ ਤਸਵੀਰ ਜਾਂ ਕੁਝ ਹੋਰ ਨੱਥੀ ਕਰਨ ਲਈ ਵਿਕਲਪ ਚੁਣੋ ਅਤੇ ਚੀਜ਼ ਨਾਲ ਜੋੜ ਦਿਓ। ਤਸਵੀਰ ਜਾਂ ਚੀਜ਼ ਜੋ ਭੇਜਣਾ ਚਾਹੁੰਦੇ ਹੋ ਉਸ ਨੂੰ ਲੱਭ ਕੇ ਉਸ ਉੱਤੇ ਵਿਊ ਦਬੋ ਅਤੇ ਫਿਰ ਸੁਨੇਹੇ ਵਿੱਚ ਪਾ ਦਿਓ। ਵਿਖਾਏ ਗਏ ਖੇਤਰ ਵਿੱਚ ਪ੍ਰਾਪਤਕਰਤਾ ਦਾ ਫੋਨ ਨੰਬਰ ਟਾਈਪ ਕਰੋ ਜਾਂ ਫੋਨ ਬੁੱਕ ਉੱਤੇ ਕਲਿੱਕ ਕਰੋ ਜੇ ਤੁਸੀਂ ਆਪਣੇ ਕੋਲ ਸਾਂਭ ਕੇ ਰੱਖੇ ਗਏ ਸੰਪਰਕ ਨੂੰ ਸੁਨੇਹਾ ਭੇਜਣਾ ਹੈ। ਸੰਪਰਕ ਚੁਣੋ ਅਤੇ ਓਕੇ ਉੱਤੇ ਕਲਿੱਕ ਕਰੋ। ਸਮਾਰਟਫੋਨ ਵਿੱਚ ਟੂ ਕਾਲਮ ਵਿੱਚ ਪ੍ਰਾਪਤਕਰਤਾ ਦੇ ਨਾਂ ਦੇ ਪਹਿਲੇ ਕੁਝ ਅੱਖਰ ਟਾਈਪ ਕਰੋ। ਤੁਸੀਂ ਆਪਣੀ ਕੰਟੈਕਟ ਬੁੱਕ ਵਿੱਚ ਨਾਵਾਂ ਦੀ ਲੰਮੀ ਸੂਚੀ ਵੇਖੋਗੇ। ਲੋੜੀਂਦਾ ਨਾਂ ਉੱਤੇ ਕਲਿੱਕ ਕਰੋ। ਫਿਰ ਭੇਜੇ ਜਾਣ ਵਾਲੇ ਸੁਨੇਹੇ ਉੱਤੇ ਸੈਂਡ ਉੱਤੇ ਕਲਿੱਕ ਕਰੋ ਜਾਂ ਦੱਬੋ। ਪ੍ਰਾਪਤਕਰਤਾ ਨੂੰ ਸੁਨੇਹਾ ਪਹੁੰਚ ਜਾਵੇਗਾ। ਮੇਨ ਸਕਰੀਨ ਉੱਤੇ ਵਾਪਸ ਆਉਣ ਲਈ ਐਂਡ ਜਾਂ ਕੈਂਸਲ ਉੱਤੇ ਕਲਿੱਕ ਕਰੋ। ਹੁਣ ਤੁਸੀਂ ਪ੍ਰਾਪਤ ਹੋਏ ਸੁਨੇਹੇ ਨੂੰ ਕਿਵੇਂ ਪੜ੍ਹ ਸਕਦੇ ਹੋ? ਜਦੋਂ ਤੁਹਾਨੂੰ ਸੁਨੇਹਾ ਮਿਲਦਾ ਹੈ ਤਾਂ ਤੁਹਾਨੂੰ ਹੋਮ ਸਕਰੀਨ ਦੇ ਬਿਲਕੁਲ ਉੱਤੇ ਲਿਫਾਫਾ ਬਣਿਆ ਆਈਕੋਨ ਦਿਸੇਗਾ। ਤੁਸੀਂ ਸਕਰੀਨ ਉੱਤੇ ਇੱਕ ਡੱਬੇ ਵਿੱਚ ਵਨ ਮੈਸੇਜ ਰਿਸੀਵਡ ਵੀ ਵੇਖੋਗੇ। ਫਿਰ ਨਵੇਂ ਮਿਲੇ ਸੁਨੇਹੇ ਨੂੰ ਵੇਖਣ ਲਈ ਸ਼ੋ ਦੱਬੋ। ਦੀਦੀ, ਕੀ ਅਸੀਂ ਮੋਬਾਈਲ ਫੋਨ ਦੇ ਜ਼ਰੀਏ ਵੀ ਇੰਟਰਨੈਟ ਇਸਤੇਮਾਲ ਕਰ ਸਕਦੇ ਹਾਂ? ਹਾਂ ਰੋਹਨ, ਬਿਲਕੁਲ ਇਸਤੇਮਾਲ ਕਰ ਸਕਦੇ ਹੋ। ਇਹ ਤਾਂ ਬੜੀ ਵੱਡੀ ਗੱਲ ਹੈ। ਸਾਨੂੰ ਮੋਬਾਈਲ ਉੱਤੇ ਇੰਟਰਨੈਟ ਤੱਕ ਪਹੁੰਚਣ ਲਈ ਕੀ ਕਰਨਾ ਪਵੇਗਾ? ਮੋਬਾਈਲ ਫੋਨ ਉੱਤੇ ਇੰਟਰਨੈਟ ਤਾਈਂ ਪਹੁੰਚਣ ਲਈ ਤੁਹਾਨੂੰ ਲੋੜ ਹੈ ਇੱਕ ਮੋਬਾਈਲ ਫੋਨ ਜਿਸ ਵਿੱਚ ਇੰਟਰਨੈਟ ਜੁੜ ਸਕੇ, ਇੱਕ ਮੋਬਾਈਲ ਫੋਨ ਦੀ ਸੇਵਾ ਜਿਹੜੀ ਡਾਟਾ ਟ੍ਰਾਂਸਮਿਸ਼ਨ ਜਿਵੇਂ 2G, 3G ਤੇ ਵਾਈਫਾਈ ਨੂੰ ਸਮਰਥਨ ਦੇਵੇ। ਤੁਹਾਡੇ ਮੋਬਾਈਲ ਸੇਵਾ ਪ੍ਰਦਾਤਾ ਤੋਂ ਇੱਕ ਖਾਤਾ ਚਾਹੀਦਾ ਹੈ ਜਿਹੜਾ ਡਾਟਾ ਸੈਟਿੰਗਸ ਨਾਲ ਇੰਟਰਨੈਟ ਨੂੰ ਮੋਬਾਈਲ ਤੱਕ ਪਹੁੰਚਾਏ। ਕਈ ਫੋਨ ਪਹਿਲਾਂ ਤੋਂ ਹੀ ਲੋਡ ਹੋਏ ਡਾਟਾ ਅਕਾਊਂਟ ਸੈਟਿੰਗਸ ਨਾਲ ਆਉਂਦੇ ਨੇ। ਜੇ ਇਸ ਤਰ੍ਹਾਂ ਨਹੀਂ ਹੈ ਤਾਂ ਤੁਹਾਨੂੰ ਸੇਵਾ ਦੇਣ ਵਾਲੇ ਕਸਟਮਰ ਕੇਅਰ ਨਾਲ ਗੱਲ ਕਰਨੀ ਚਾਹੀਦੀ ਹੈ। ਤੁਸੀਂ ਸਮਾਰਟਫੋਨ ਉੱਤੇ ਮੋਬਾਈਲ ਇੰਟਰਨੈਟ ਇਸ ਤਰ੍ਹਾਂ ਲਾ ਸਕਦੇ ਹੋ। ਪਹਿਲਾਂ ਸਮਾਰਟਫੋਨ ਦੀ ਮੈਨਿਊ ਸੈਟਿੰਗਸ ਵਿੱਚ ਆਓ। ਇਹ ਐਪਸ ਮੈਨਿਊ ਵਿੱਚ ਸੈਟਿੰਗਸ ਆਈਕੋਨ ਦੇ ਜ਼ਰੀਏ
ਕਿਸੇ ਵੀ ਸਮਾਰਟ ਫੋਨ ਉੱਤੇ ਕੀਤਾ ਜਾ ਸਕਦਾ ਹੈ ਅਤੇ ਕਈ ਵਾਰੀ ਨੋਟੀਫਿਕੇਸ਼ਨ ਬਾਰ ਤੋਂ ਹੁੰਦੇ ਹੋਏ ਵੀ। ਸੈਟਿੰਗਸ ਮੈਨੂ ਵਿੱਚ ਤੁਹਾਨੂੰ ਵਾਇਰਲੈਸ ਅਤੇ ਨੈਟਵਰਕ ਸੈਟਿੰਗਸ ਲੱਭਣ ਦੀ ਲੋੜ ਹੈ। ਕਈ ਤਰੀਕਿਆਂ ਵਿੱਚ ਮੋਰ ਜਾਂ ਮੋਰ ਸੈਟਿੰਗਸ ਬਟਨ ਉੱਤੇ ਕਲਿੱਕ ਕਰੋ ਜੋ ਵੀ ਉਪਲਬਧ ਹੋਵੇ। ਇੱਕ ਵਾਰੀ ਜਦੋਂ ਤੁਸੀਂ ਵਾਇਰਲੈਸ ਜਾਂ ਨੈਟਵਰਕ ਸੈਟਿੰਗਸ ਲੱਭ ਲੈਂਦੇ ਹੋ, ਤੁਸੀਂ ਇੰਟਰਨੈਟ ਨੂੰ ਵਾਈਫਾਈ ਜਾਂ ਮੋਬਾਈਲ ਨੈਟਵਰਕ ਦੇ ਜ਼ਰੀਏ ਜੋੜ ਸਕਦੇ ਹੋ। ਵਾਈਫਾਈ ਜੋੜਨ ਲਈ ਇਸ ਤਰ੍ਹਾਂ ਕਰੋ। ਪਹਿਲਾਂ ਵਾਈਫਾਈ ਵਿਕਲਪਾਂ ਉੱਤੇ ਆਓ, ਭਾਵੇਂ ਨੋਟੀਫਿਕੇਸ਼ਨ ਮੈਨਿਊ ਵਿੱਚ ਵਾਈਫਾਈ ਬਟਨ ਦਬਾ ਕੇ ਜਾਂ ਸੈਟਿੰਗਸ ਦੇ ਵਿਕਲਪਾਂ ਵਿੱਚੋਂ। ਫਿਰ ਤੁਹਾਨੂੰ ਉਪਲਬਧ ਇੰਟਰਨੈਟ ਨੈਟਵਰਕਸ ਦੀ ਇੱਕ ਸੂਚੀ ਦਿਸੇਗੀ। ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਵਾਈਫਾਈ ਨੈਟਵਰਕ ਸਾਂਭਿਆ ਹੋਇਆ ਹੈ ਤਾਂ ਉਹ ਆਪਣੇ ਆਪ ਜੁੜ ਜਾਵੇਗਾ, ਨਹੀਂ ਤਾਂ ਤੁਹਾਨੂੰ ਉਹ ਵਾਈਫਾਈ ਨੈਟਵਰਕ ਚੁਣਨਾ ਪਵੇਗਾ ਜਿਹੜਾ ਤੁਸੀਂ ਜੋੜਨਾ ਚਾਹੁੰਦੇ ਹੋ। ਜੇ ਪਾਸਵਰਡ ਦੀ ਲੋੜ ਹੈ ਤਾਂ ਪਾਸਵਰਡ ਪਾਓ ਅਤੇ ਕਨੈਕਟ ਉੱਤੇ ਕਲਿੱਕ ਕਰ ਦਿਓ। ਇੰਟਰਨੈਟ ਤੱਕ ਪਹੁੰਚਣ ਲਈ ਇੰਟਰਨੈਟ ਬਰਾਊਜ਼ਰ ਇਸਤੇਮਾਲ ਕਰੋ। ਇੰਟਰਨੈਟ ਵਾਸਤੇ ਮੋਬਾਈਲ ਨੈਟਵਰਕ ਨਾਲ ਜੋੜਨਾ। ਪਹਿਲਾਂ ਵਾਇਰਲੈਸ ਅਤੇ ਨੈਟਵਰਕ ਵਿਕਲਪ ਵਿੱਚ ਮੋਰ ਸੈਟਿੰਗਸ ਦੇ ਵਿਕਲਪ ਵਿੱਚ ਜਾਓ, ਫਿਰ ਮੋਬਾਈਲ ਨੈਟਵਰਕਸ ਬਟਨ ਦੱਬੋ। ਇੱਥੇ ਤੁਸੀਂ ਮੋਬਾਈਲ ਡਾਟਾ ਚੈੱਕ ਬਾਕਸ ਨੂੰ ਚੈੱਕ ਕਰਨਾ ਹੈ। ਹੁਣ ਇੰਟਰਨੈਟ ਤਾਈਂ ਪਹੁੰਚਣ ਲਈ ਇੰਟਰਨੈਟ ਬਰਾਊਜ਼ਰ ਇਸਤੇਮਾਲ ਕਰੋ। ਕੀਪੈਡ ਆਧਾਰਿਤ ਫੋਨਾਂ ਵਿੱਚ ਕੋਈ ਵੀ ਸੌਖੇ ਹੀ ਇੰਟਰਨੈਟ ਸੇਵਾਵਾਂ ਇਸਤੇਮਾਲ ਕਰ ਸਕਦਾ ਹੈ। ਪਹਿਲਾਂ ਮੈਨਿਊ ਚੁਣੋ ਅਤੇ ਫਿਰ ਇੰਟਰਨੈਟ, ਫਿਰ ਹੋਮ ਪੇਜ ਖੋਲੋ ਜਾਂ ਹੋਮ ਚੁਣੋ, ਜਾਂ ਹੋਮ ਸਕਰੀਨ ਵਿੱਚ 0 ਨੂੰ ਦੱਬ ਕੇ ਰੱਖੀ ਰੱਖੋ। ਇਸ ਤੋਂ ਬਾਅਦ ਵੈਬ ਪਤਾ ਦਾਖਲ ਕਰਨ ਲਈ ਗੋ ਟੂ ਐਡਰੈਸ ਚੁਣੋ, ਫਿਰ ਪਤਾ ਦਾਖਲ ਕਰੋ ਅਤੇ ਫਿਰ ਓਕੇ ਚੁਣੋ। ਵੈਬ ਖੋਜਣ ਲਈ ਜੇ ਤੁਸੀਂ ਪਹਿਲੀ ਵਾਰ ਲਈ ਖੋਜਦੇ ਹੋ, ਇੱਕ ਸਰਚ ਪ੍ਰੋਵਾਈਡਰ ਚੁਣੋ, ਫਿਰ ਸਰਚ ਚੁਣੋ ਅਤੇ ਖੋਜਣ ਦੀਆਂ ਸ਼ਰਤਾਂ ਦਾਖਲ ਕਰੋ ਅਤੇ ਸਰਚ ਚੁਣੋ। ਮੇਰੇ ਮੋਬਾਈਲ ਫੋਨ ਵਿੱਚ ਰੇਡੀਓ ਹੈ, ਮੈਂ ਇਹ ਕਿਵੇਂ ਸੁਣ ਸਕਦਾ? ਰੇਡੀਓ ਸੁਣਨ ਲਈ ਇਸ ਤਰ੍ਹਾਂ ਕਰੋ। ਪਹਿਲਾਂ ਸਟੈਂਡ ਬਾਏ ਮੋਡ ਵਿੱਚ ਮੈਨਿਊ ਦੱਬੋ, ਫਿਰ ਰੇਡੀਓ ਉੱਤੇ ਜਾਓ। ਸਮਾਰਟਫੋਨ ਵਿੱਚ ਮੈਨਿਊ ਵਿੱਚ ਰੇਡੀਓ ਆਈਕੋਨ ਉੱਤੇ ਕਲਿੱਕ ਕਰੋ। ਹੁਣ ਫੋਨ ਨੂੰ ਸੰਗਤ ਹੈਡਸੈਟ ਨਾਲ ਜੋੜੋ, ਇਹ ਐਂਟੀਨਾ ਵਾਂਗੂ ਕੰਮ ਕਰਦਾ ਹੈ। ਫਿਰ ਤੁਸੀਂ ਜਿਹੜਾ ਰੇਡੀਓ ਚੈਨਲ ਸੁਣਨਾ ਚਾਹੁੰਦੇ ਹੋ ਉਹ ਆਟੋਮੈਟਿਕ ਜਾਂ ਮੈਨੂਅਲ ਦੁਆਰਾ ਚੁਣ ਕੇ ਟਿਊਨਿੰਗ ਕਰੋ। ਵਿਕਲਪਾਂ ਹੇਠ ਚੈਨਲਾਂ ਨੂੰ ਸੇਵ ਚੈਨਲ ਉੱਤੇ ਕਲਿੱਕ ਕਰਕੇ ਜਾਂ ਦੱਬ ਕੇ ਸੇਵ ਕਰੋ। ਫਿਰ ਸਕਰੋਲ ਨੂੰ ਉੱਤੇ ਥੱਲੇ ਕਰਕੇ ਆਵਾਜ਼ ਸੈੱਟ ਕਰੋ। ਰੇਡੀਓ ਬੰਦ ਕਰਨ ਲਈ ਆਪਸ਼ਨਸ ਦੱਬੋ ਅਤੇ ਫਿਰ ਸਵਿਚ ਆਫ। ਬਿਲਕੁਲ, ਮੈਨੂੰ ਇਹ ਵੀ ਦੱਸਣ ਦਿਓ ਕਿ ਮੋਬਾਈਲ ਫੋਨ ਉੱਤੇ ਗੀਤ ਕਿਵੇਂ ਚਲਾਉਂਦੇ ਹਨ। ਪਹਿਲਾਂ ਸਟੈਂਡ ਬਾਏ ਮੋਡ ਉੱਤੇ ਮੈਨਿਊ ਚੁਣੋ, ਫਿਰ ਫੋਨ ਦਾ ਮਲਟੀਮੀਡੀਆ ਮੈਨਿਊ ਖੋਲੋ ਜਿਹੜਾ ਤੁਹਾਡੇ ਮੋਬਾਈਲ ਉੱਤੇ ਉਪਲਬਧ ਅਰਜ਼ੀਆਂ ਵਿਖਾਏਗਾ। ਸੰਗੀਤ ਦੀ ਅਰਜ਼ੀ ਮੀਡੀਆ ਜਾਂ ਗੈਲਰੀ ਦੇ ਤੌਰ ਤੇ ਦਿਸੇਗੀ, ਫਿਰ ਮਿਊਜ਼ਿਕ ਜਾਂ ਸਾਊਂਡ ਚੁਣੋ। ਆਪਣੀ ਮੀਡੀਆ ਪਲੇਅਰ ਅਰਜ਼ੀ ਨਾਲ ਗੀਤਾਂ ਦੀ ਸੂਚੀ ਵੇਖੋ, ਇੱਕ ਚੁਣੋ ਅਤੇ ਆਪਣੇ ਯੰਤਰ ਤੇ ਵਜਾਓ। ਚੱਲਦੇ ਗੀਤ ਨੂੰ ਕੁਝ ਸਮਾਂ ਰੋਕਣ ਲਈ ਪਲੇ ਪੌਜ਼ ਕੀਜ਼ ਉੱਤੇ ਦੱਬੋ ਜਾਂ ਕਲਿੱਕ ਕਰੋ। ਇਹ ਇੱਕੋ ਬਟਨ ਪਲੇਜ਼ ਅਤੇ ਪੌਜ਼ ਦਾ ਕੰਮ ਕਰਦਾ ਹੈ। ਮਿਊਜ਼ਿਕ ਪਲੇਅਰ ਤੋਂ ਬਾਹਰ ਆਉਣ ਲਈ ਸੱਜੇ ਪਾਸੇ ਦਾ ਲਾਲ ਬਟਨ ਦੱਬ ਦਿਓ। ਸਮਾਰਟਫੋਨ ਦੇ ਮਾਮਲੇ ਵਿੱਚ ਪੌਜ਼ ਆਈਕੋਨ ਉੱਤੇ ਕਲਿੱਕ ਕਰੋ। ਹੁਣ ਇੱਥੇ ਇਹ ਦੱਸਿਆ ਜਾਵੇਗਾ ਕਿ ਮੋਬਾਈਲ ਫੋਨ ਤੋਂ ਫੋਟੋ ਕਿਵੇਂ ਲਈਏ। ਸਟੈਂਡ ਬਾਏ ਮੋਡ ਤੋਂ ਮੈਨਿਊ ਦੱਬੋ, ਫਿਰ ਮੀਡੀਆ ਚੁਣੋ ਅਤੇ ਫਿਰ ਕੈਮਰਾ। ਤੁਹਾਡੇ ਸਮਾਰਟਫੋਨ ਵਿੱਚ ਕੈਮਰਾ ਆਈਕੋਨ ਲੱਭੋ ਅਤੇ ਉਸ ਨੂੰ ਛੋਹੋ। ਹੁਣ ਡਿਸਪਲੇ ਨੂੰ ਸਕਰੀਨ ਉੱਤੇ ਵਿਊ ਫਾਈਂਡਰ ਵਾਂਗ ਇਸਤੇਮਾਲ ਕਰੋ। ਸਕਰੋਲ ਕਰੋ ਅਤੇ ਜ਼ੂਮ ਇਨ ਅਤੇ ਜ਼ੂਮ ਆਊਟ ਵੱਲ ਜਾਓ। ਸਮਾਰਟਫੋਨ ਵਿੱਚ ਡਿਸਪਲੇ ਦਾ ਨਾਪ ਘਟਾਉਣ ਵਧਾਉਣ ਲਈ ਉਂਗਲਾਂ ਦੇ ਜ਼ਰਾ ਕੁ ਛੋਹ ਦਾ ਇਸਤੇਮਾਲ ਕਰੋ। ਸਿਲੈਕਟ ਦੱਬੋ ਜਾਂ ਓਕੇ ਦਾ ਬਟਨ ਦਬਾ ਕੇ ਤਸਵੀਰ ਖਿੱਚੋ। ਸਮਾਰਟਫੋਨ ਵਿੱਚ ਤਸਵੀਰ ਖਿੱਚਣ ਲਈ ਤੁਹਾਨੂੰ ਕੈਮਰਾ ਆਈਕੋਨ ਉੱਤੇ ਕਲਿੱਕ ਕਰਨ ਦੀ ਲੋੜ ਹੈ। ਆਪਣੇ ਮੋਬਾਈਲ ਉੱਤੇ ਖਿੱਚੀ ਗਈ ਤਸਵੀਰ ਨੂੰ ਸਾਂਭਣ ਲਈ ਸੇਵ ਦੱਬੋ।
ਸਮਾਰਟਫੋਨ ਦੇ ਐਲਬਮ ਜਾਂ ਗੈਲਰੀ ਵਿੱਚ ਫੋਟੋ ਆਪਣੇ ਆਪ ਸਾਂਭੀ ਜਾਂਦੀ ਹੈ। ਵੀਡੀਓ ਇਸ ਤਰ੍ਹਾਂ ਰਿਕਾਰਡ ਕਰੋ, ਮੈਨਿਊ ਚੁਣੋ, ਫਿਰ ਫੋਟੋਸ ਅਤੇ ਫਿਰ ਵੀਡੀਓ ਕੈਮਰਾ ਵਿੱਚ ਜਾਓ। ਸਮਾਰਟਫੋਨ ਦੇ ਮਾਮਲੇ ਵਿੱਚ ਕੈਮਰਾ ਆਈਕੋਨ ਛੋਹੋ, ਫਿਰ ਵਿਊ ਫਾਇੰਡਰ ਦੇ ਤੌਰ ਤੇ ਸਕਰੀਨ ਉੱਤੇ ਡਿਸਪਲੇ ਦਾ ਇਸਤੇਮਾਲ ਕਰੋ। ਸਕਰੋਲ ਕਰੋ ਅਤੇ ਜ਼ੂਮ ਇਨ ਅਤੇ ਜ਼ੂਮ ਆਊਟ ਵੱਲ ਜਾਓ। ਸਮਾਰਟਫੋਨ ਵਿੱਚ ਡਿਸਪਲੇ ਦਾ ਨਾਪ ਘਟਾਉਣ ਵਧਾਉਣ ਲਈ ਉਂਗਲਾਂ ਦੀ ਜ਼ਰਾ ਕੁ ਛੋਹ ਦਾ ਇਸਤੇਮਾਲ ਕਰੋ। ਵੀਡੀਓ ਦੀ ਰਿਕਾਰਡਿੰਗ ਸ਼ੁਰੂ ਕਰਨ ਲਈ ਰਿਕਾਰਡ ਚੁਣੋ। ਸਮਾਰਟਫੋਨ ਦੇ ਮਾਮਲੇ ਵਿੱਚ ਤੁਹਾਨੂੰ ਸਕਰੀਨ ਉੱਤੇ ਟਿਕੇ ਛੋਟੇ ਲਾਲ ਬਟਨ ਨੂੰ ਛੋਣ ਦੀ ਲੋੜ ਹੈ। ਰਿਕਾਰਡਿੰਗ ਰੋਕਣ ਲਈ ਸਟਾਪ ਦਬੋ। ਸਮਾਰਟਫੋਨ ਵਿੱਚ ਲਾਲ ਆਈਕੋਨ ਨੂੰ ਦੁਬਾਰਾ ਛੋਹੋ। ਸਮਾਰਟਫੋਨ ਵਿੱਚ ਵੀਡੀਓ ਆਪਣੇ ਆਪ ਹੀ ਐਲਬਮ ਗੈਲਰੀ ਵਿੱਚ ਸੇਵ ਹੋ ਜਾਂਦੀ ਹੈ। ਮੋਬਾਈਲ ਫੋਨ ਸਮਾਰਟਫੋਨ ਛੇਤੀ ਗਿਣਤੀ ਕਰਨ ਵਿੱਚ ਵੀ ਮਦਦਕਾਰੀ ਹੋ ਸਕਦੇ ਹਨ। ਇਹ ਕਿਵੇਂ ਸੰਭਵ ਹੈ? ਕੈਲਕੂਲੇਟਰ ਯਾਨੀ ਗਣਕ ਦੇ ਜ਼ਰੀਏ। ਗਣਕ ਦਾ ਇਸਤੇਮਾਲ ਇਸ ਤਰ੍ਹਾਂ ਕਰੋ। ਪਹਿਲਾਂ ਸਟੈਂਡ ਬਾਈ ਮੋਡ ਵਿੱਚ ਮੈਨਿਊ ਛੋਹੋ, ਫਿਰ ਆਰਗਨਾਈਜ਼ਰ ਚੁਣੋ ਅਤੇ ਫਿਰ ਕੈਲਕੂਲੇਟਰ। ਸਮਾਰਟਫੋਨ ਵਿੱਚ ਮੈਨਿਊ ਵਿੱਚ ਕੈਲਕੂਲੇਟਰ ਆਈਕੋਨ ਲੱਭੋ ਅਤੇ ਇਸ ਨੂੰ ਛੋਹੋ। ਆਪਣੇ ਫੋਨ ਦੇ ਨੰਬਰ ਪੈਡ ਦਾ ਇਸਤੇਮਾਲ ਕਰਦੇ ਹੋਏ ਨੰਬਰ ਟਾਈਪ ਕਰੋ। ਕੰਮ ਲਈ ਐਡ, ਸਬਟ੍ਰੈਕਟ, ਮਲਟੀਪਲਾਈ ਜਾਂ ਡਿਵਾਈਡ ਚੁਣੋ। ਦੂਜੇ ਨੰਬਰ ਵਿੱਚ ਟਾਈਪ ਕਰੋ। ਨਤੀਜਾ ਪ੍ਰਾਪਤ ਕਰਨ ਲਈ ਇੱਕ ਤੁਹਾਡਾ ਧੰਨਵਾਦ ਦੀਦੀ, ਤੁਸੀਂ ਮੈਨੂੰ ਮੋਬਾਈਲ ਫੋਨਾਂ ਬਾਰੇ ਹੋਰ ਵਧੇਰੇ ਜਾਣਕਾਰੀ ਦਿੱਤੀ। ਮੇਰੀ ਟੈਬਲੇਟਸ ਵਿੱਚ ਵੀ ਬਹੁਤ ਦਿਲਚਸਪੀ ਹੈ, ਕੀ ਤੁਸੀਂ ਉਹਨਾਂ ਬਾਰੇ ਜਾਣਦੇ ਹੋ? ਹਾਂ, ਕਿਉਂ ਨਹੀਂ ਰੋਹਨ, ਆਓ ਟੈਬਲੇਟਸ ਬਾਰੇ ਹੋਰ ਗੱਲ ਕਰਦੇ ਹਾਂ। ਟੈਬਲੇਟ ਕੰਪਿਊਟਰ ਦਾ ਬਹੁਤ ਛੋਟਾ, ਹਲਕਾ ਅਤੇ ਵਧੇਰੇ ਪ੍ਰਬੰਧ ਕਰਨ ਯੋਗ ਰੂਪ ਹੈ। ਇਹ ਬਗੈਰ ਤਾਰ ਦੇ ਅਤੇ ਚੁੱਕ ਕੇ ਲੈ ਜਾ ਸਕਣ ਵਾਲੇ ਯੰਤਰ ਹਨ, ਜਿਹੜੇ ਟੱਚ ਦਾ ਇਸਤੇਮਾਲ ਕਰਦੇ ਹੋਏ ਨਿਵੇਸ਼ ਤਾਈਂ ਪਹੁੰਚਣ ਅਤੇ ਜਾਣਕਾਰੀ ਪ੍ਰਦਾਨ ਕਰਦੇ ਹਨ। ਟੈਬਲੇਟ ਦੇ ਅੰਦਰ ਚਲਾਉਣ ਵਾਲੇ ਸਿਸਟਮ ਹਨ, ਜਿਹੜਾ GUI ਪ੍ਰਦਾਨ ਕਰਦਾ ਹੈ ਅਤੇ ਅਰਜ਼ੀਆਂ ਚਲਾ ਸਕਦਾ ਹੈ। ਟੈਬਲੇਟ ਦੇ ਬਹੁਤੇ ਲੋਕ ਪਾਉਂਦੇ ਚਲਾਉਣ ਵਾਲੇ ਸਿਸਟਮ ਹਨ ਐਂਡਰਾਇਡ, ਵਿੰਡੋਜ਼ ਅਤੇ IOS। ਟੈਬਲੇਟ ਨੂੰ ਵਿਸਥਾਰ ਰੂਪ ਵਿੱਚ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ, ਕਾਲ ਦੀ ਸਹੂਲਤ ਨਾਲ ਅਤੇ ਕਾਲ ਦੀ ਸਹੂਲਤ ਦੇ ਬਗੈਰ। ਕਾਲ ਦੀ ਸਹੂਲਤ ਵਾਲੀ ਟੈਬਲੇਟ ਵਿੱਚ ਸਿਮ ਕਾਰਡ ਲਈ ਥਾਂ ਹੁੰਦੀ ਹੈ। ਤੁਹਾਨੂੰ ਕਾਲਾਂ ਕਰਨ ਅਤੇ ਸੁਣਨ ਲਈ ਅਤੇ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਲਈ ਸਿਮ ਕਾਰਡ ਅਤੇ ਮੋਬਾਈਲ ਨੈੱਟਵਰਕ ਦੇ ਕਨੈਕਸ਼ਨ ਦੀ ਲੋੜ ਪਵੇਗੀ। ਬਗੈਰ ਕਾਲ ਵਾਲੀ ਸਹੂਲਤ ਦੀ ਟੈਬਲੇਟ ਵਿੱਚ ਸਿਮ ਕਾਰਡ ਲਈ ਥਾਂ ਨਹੀਂ ਹੋਵੇਗੀ, ਪਰ ਬਾਕੀ ਖੂਬੀਆਂ ਕਾਲ ਦੀ ਸਹੂਲਤ ਵਾਲੀ ਟੈਬਲੇਟ ਦੇ ਬਰਾਬਰ ਹੀ ਹੋਣਗੀਆਂ। ਤੁਸੀਂ ਇੰਟਰਨੈਟ ਦੇ ਜ਼ਰੀਏ ਕਾਲ ਕਰਨ ਵਿੱਚ ਸਮਰੱਥ ਹੋਵੋਗੇ। ਆਓ ਟੈਬਲੇਟ ਦੇ ਕੁਝ ਖੂਬੀਆਂ ਦਾ ਜ਼ਿਕਰ ਕਰਦੇ ਹਾਂ। ਤਕਰੀਬਨ ਟੈਬਲੇਟ ਹੇਠਾਂ ਲਿਖੇ ਪ੍ਰਯੋਜਨਾ ਵਾਸਤੇ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਫੋਨ ਕਾਲ ਕਰਨ ਅਤੇ ਸੁਣਨ ਲਈ, ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਲਈ, ਸੰਗੀਤ ਸੁਣਨ ਲਈ, ਤਸਵੀਰ ਵੀਡੀਓ ਲੈਣ ਲਈ, ਵੀਡੀਓ ਵੇਖਣ ਲਈ, ਈ ਬੁੱਕਸ ਪੜ੍ਹਨ ਲਈ, ਇੰਟਰਨੈਟ ਤਾਈਂ ਪਹੁੰਚਣ ਲਈ, ਈਮੇਲ ਭੇਜਣ ਅਤੇ ਪ੍ਰਾਪਤੀ ਲਈ, ਦੂਜਿਆਂ ਨਾਲ ਸੰਗੀਤ, ਤਸਵੀਰਾਂ ਅਤੇ ਵੀਡੀਓ ਸਾਂਝਾ ਕਰਨ ਲਈ। ਟੈਬਲੇਟ ਵਿੱਚ ਤੁਸੀਂ ਸੰਗੀਤ ਇਸ ਤਰ੍ਹਾਂ ਸੁਣ ਸਕਦੇ ਹੋ। ਪਹਿਲਾਂ ਐਪਲੀਕੇਸ਼ਨ ਮੈਨਿਊ ਵਿੱਚ ਜਾਓ। ਸੰਗੀਤ ਨੂੰ ਪਿੱਛੋਂ ਤੋਂ ਚਲਾਉਣ ਲਈ ਮਿਊਜ਼ਿਕ ਉੱਤੇ ਕਲਿੱਕ ਕਰੋ। ਤੁਸੀਂ ਹੁਣ ਸੰਗੀਤ ਫਾਈਲ ਸੂਚੀ ਦੇ ਵਰਗ ਬਣਾ ਸਕਦੇ ਹੋ। ਰੀਸੈਂਟ, ਐਲਬਮਸ, ਆਰਟਿਸਟਸ, ਸੌਂਗਸ, ਪਲੇਲਿਸਟਸ ਜਾਂ ਜੈਨਰਸ, ਸਹੀ ਵਿਕਲਪ ਨੂੰ ਚੁਣ ਲਓ। ਹੁਣ ਗੀਤ ਨੂੰ ਇੱਕ ਸਕਿੰਟ ਲਈ ਛੋਹੋ ਤਾਂ ਮੈਨਿਊ ਵਿਕਲਪ ਉਭਰੇਗਾ। ਹੁਣ ਤੁਸੀਂ ਇਹਨਾਂ ਵਿੱਚੋਂ ਕੋਈ ਇੱਕ ਵਿਕਲਪ ਚੁਣ ਸਕਦੇ ਹੋ। ਪਲੇ, ਐਡ ਟੂ ਪਲੇਲਿਸਟ, ਸ਼ੌਪ ਫਾਰ ਆਰਟਿਸਟ, ਡਿਲੀਟ ਜਾਂ ਸਰਚ। ਦਾਖਲ ਹੋਣ ਲਈ ਪਲੇ ਦੱਬੋ। ਸੰਗੀਤ ਪਿੱਛੋਂ ਸ਼ੁਰੂ ਹੋ ਜਾਏਗਾ, ਫਿਰ ਜਿਹੜਾ ਗੀਤ ਸੁਣਨਾ ਹੈ ਉਸ ਨੂੰ ਛੋਹੋ। ਹੁਣ ਤੁਸੀਂ ਟੈਬਲੇਟ ਤੋਂ ਫੋਟੋ ਕਿਵੇਂ ਖਿੱਚ ਸਕਦੇ ਹੋ? ਪਹਿਲਾਂ ਅਰਜ਼ੀ ਦੇ ਮੈਨਿਊ ਵਿੱਚ ਕੈਮਰਾ ਇੰਟਰਫੇਸ ਵਿੱਚ ਦਾਖਲ ਹੋਣ ਲਈ ਕੈਮਰਾ ਆਈਕੋਨ ਛੋਹੋ। ਹੁਣ ਫੋਟੋ ਮੋਡ ਵਿੱਚ ਦਿੱਤੇ ਗਏ ਅੱਗੇ ਵਾਲੇ ਆਈਕੋਨ ਫੋਟੋ ਮੋਡ ਨੂੰ ਚੁਣੋ। ਵਿਸ਼ੇ ਵੱਲ ਕੈਮਰੇ ਨੂੰ ਕੇਂਦਰਿਤ ਕਰੋ। ਆਟੋ ਫੋਕਸ ਨੂੰ ਸਕ੍ਰਿਯ ਕਰਨ ਲਈ ਸਕਰੀਨ ਉੱਤੇ ਆਏ ਸਪੋਟ ਨੂੰ ਛੋਹ ਕੇ ਰੱਖੀ ਰੱਖੋ।
ਫੋਟੋ ਲੈਣ ਲਈ ਆਪਣੀ ਉਂਗਲ ਚੁੱਕੋ। ਵੀਡੀਓ ਨੂੰ ਰਿਕਾਰਡ ਕਰਨ ਲਈ ਇਸ ਤਰ੍ਹਾਂ ਕਰੋ। ਪਹਿਲਾਂ ਅਰਜ਼ੀ ਮੈਨਿਊ ਵਿੱਚ ਕੈਮਰਾ ਇੰਟਰਫੇਸ ਨੂੰ ਪ੍ਰਵੇਸ਼ ਦੇਣ ਲਈ ਕੈਮਰਾ ਆਈਕੋਨ ਨੂੰ ਛੋਹੋ। ਅੱਗੇ ਵੀਡੀਓ ਮੋਡ ਲਈ ਫੋਟੋ ਮੋਡ ਵਿੱਚ ਅੱਗੇ ਦਿੱਤੇ ਗਏ ਆਈਕੋਨ ਨੂੰ ਛੋਹੋ। ਵਿਸ਼ੇ ਵੱਲ ਕੈਮਰੇ ਨੂੰ ਕੇਂਦਰਿਤ ਕਰੋ। ਹੁਣ ਸਟਾਰਟ ਰਿਕਾਰਡਿੰਗ ਨੂੰ ਛੋਹੋ। ਰੋਕਣ ਲਈ ਸਟਾਪ ਰਿਕਾਰਡਿੰਗ ਨੂੰ ਛੋਹੋ। ਫੋਟੋ ਜਾਂ ਵੀਡੀਓ ਮਿਟਣੇ ਹੋਣ ਤਾਂ ਇਸ ਤਰ੍ਹਾਂ ਕਰੋ। ਜਿਹੜੀ ਫੋਟੋ ਜਾਂ ਵੀਡੀਓ ਤੁਸੀਂ ਮਿਟਣਾ ਚਾਹੁੰਦੇ ਹੋ ਉਹ ਕੱਢੋ। ਸਕਰੀਨ ਨੂੰ ਦੱਬੋ ਕਿ ਬੇਕਾਰ ਕਰਨ ਵਾਲਾ ਆਈਕੋਨ ਵਿਖਾਈ ਦੇਵੇ। ਫੋਟੋ ਜਾਂ ਵੀਡੀਓ ਮਿਟਣ ਇਸ ਨੂੰ ਛੋਹੋ। ਫੋਟੋ ਅਤੇ ਵੀਡੀਓ ਵੇਖਣ ਲਈ ਇਸ ਤਰ੍ਹਾਂ ਕਰੋ। ਪਹਿਲਾਂ ਐਲਬਮ ਲੱਭੋ ਅਤੇ ਫਿਰ ਇਸ ਨੂੰ ਛੋਹੋ। ਫਿਰ ਜਿਹੜੀ ਫੋਟੋ ਜਾਂ ਵੀਡੀਓ ਵੇਖਣੀ ਹੈ ਉਸ ਨੂੰ ਛੋਹੋ। ਅਗਲੀ ਫੋਟੋ ਜਾਂ ਵੀਡੀਓ ਵੇਖਣ ਲਈ ਖੱਬੇ ਫਲਿੱਕ ਕਰੋ ਅਤੇ ਪਿਛਲੀ ਫੋਟੋ ਜਾਂ ਵੀਡੀਓ ਵੇਖਣ ਲਈ ਸੱਜੇ ਫਲਿੱਕ ਕਰੋ। ਵੀਡੀਓ ਵੇਖਣ ਲਈ ਇਸ ਤਰ੍ਹਾਂ ਕਰੋ। ਮੈਨਿਊ ਵਿੱਚੋਂ ਪਿਕਚਰਸ ਜਾਂ ਐਲਬਮ ਟੈਬ ਖੋਲੋ। ਹੁਣ ਗ੍ਰਿਡ ਵਿਊ ਜਾਂ ਲਿਸਟ ਵਿਊ ਇਸਤੇਮਾਲ ਕਰੋ। ਜਿਹੜੀ ਵੀਡੀਓ ਖੋਲਣਾ ਚਾਹੁੰਦੇ ਹੋ ਉਹ ਲੱਭੋ। ਜਿਹੜੀ ਵੀਡੀਓ ਚਲਾਉਣੀ ਚਾਹੁੰਦੇ ਹੋ ਉਸ ਨੂੰ ਛੋਹੋ। ਜੇ ਪਲੇਬੈਕ ਕੰਟਰੋਲਸ ਨਹੀਂ ਦਿਸਦਾ ਤਾਂ ਵਿਖਾਈ ਦੇਣ ਵਾਲੀ ਸਕਰੀਨ ਨੂੰ ਛੋਹੋ। ਵੀਡੀਓ ਨੂੰ ਕੁਝ ਸਮਾਂ ਰੋਕਣ ਲਈ ਇਸ ਤਰ੍ਹਾਂ ਕਰੋ। ਜਦੋਂ ਵੀਡੀਓ ਚੱਲ ਰਹੀ ਹੋਵੇ ਤਾਂ ਡਿਸਪਲੇ ਦੇ ਕੰਟਰੋਲਸ ਲਿਆਉਣ ਲਈ ਸਕਰੀਨ ਦੱਬੋ। ਫਿਰ ਚਲਾਉਣ ਜਾਂ ਕੁਝ ਸਮਾਂ ਰੋਕਣ ਲਈ ਪਲੇ ਜਾਂ ਪੌਜ਼ ਆਈਕੋਨ ਛੋਹੋ। ਵੀਡੀਓ ਨੂੰ ਛੇਤੀ ਅੱਗੇ ਵਧਾਉਣ ਜਾਂ ਪਿੱਛੇ ਕਰਨ ਲਈ ਇਸ ਤਰ੍ਹਾਂ ਕਰੋ। ਜਦੋਂ ਵੀਡੀਓ ਚੱਲ ਰਹੀ ਹੋਵੇ ਤਾਂ ਡਿਸਪਲੇ ਦੇ ਕੰਟਰੋਲਸ ਲਿਆਉਣ ਲਈ ਸਕਰੀਨ ਦੱਬੋ। ਫਿਰ ਰਿਵਾਇੰਡ ਕਰਨ ਲਈ ਪ੍ਰੋਗਰੈਸ ਬਾਰ ਮਾਰਕਰ ਨੂੰ ਖੱਬੇ ਪਾਸੇ ਅਤੇ ਛੇਤੀ ਅੱਗੇ ਕਰਨ ਲਈ ਸੱਜੇ ਪਾਸੇ ਘਸੀਟ ਕੇ ਲਿਆਓ। ਟੈਬਲੇਟ ਉੱਤੇ ਤੁਸੀਂ ਈ ਬੁੱਕ ਇਸ ਤਰ੍ਹਾਂ ਪੜ੍ਹ ਸਕਦੇ ਹੋ। ਪਹਿਲਾਂ ਟੈਬਲੇਟ ਵਿੱਚ ਲਾਏ ਗਏ ਡਿਫਾਲਟ ਬੁੱਕ ਰੀਡਰ ਉੱਤੇ ਜਾਓ। ਫਿਰ ਬੁੱਕ ਰੀਡਰ ਆਈਕੋਨ ਉੱਤੇ ਕਲਿੱਕ ਕਰੋ। ਫਿਰ ਪਹਿਲਾਂ ਤੋਂ ਇਸ ਵਿੱਚ ਪਾਈਆਂ ਗਈਆਂ ਕਿਤਾਬਾਂ ਵਿੱਚੋਂ ਉਸ ਕਿਤਾਬ ਦੀ ਚੋਣ ਕਰੋ ਜਿਹੜੀ ਤੁਸੀਂ ਪੜ੍ਹਨਾ ਚਾਹੁੰਦੇ ਹੋ। ਪੜ੍ਹਨਾ ਸ਼ੁਰੂ ਕਰਨ ਲਈ ਮੈਂ ਸੁਣਿਆ ਹੈ ਕਿ ਟੈਬਲੇਟ ਨਾਲ ਤੁਸੀਂ ਈਮੇਲ ਵੀ ਭੇਜ ਅਤੇ ਪ੍ਰਾਪਤ ਕਰ ਸਕਦੇ ਹੋ। ਹਾਂ ਰੋਹਨ, ਟੈਬਲੇਟ ਦਾ ਇਸਤੇਮਾਲ ਈਮੇਲਸ ਪ੍ਰਾਪਤ ਕਰਨ ਅਤੇ ਭੇਜਣ ਵਿੱਚ ਕੀਤਾ ਜਾ ਸਕਦਾ ਹੈ। ਜ਼ਿਆਦਾਤਰ POP ਜਾਂ IMAP ਈਮੇਲ ਪਤੇ ਦਾ ਇਸਤੇਮਾਲ ਕਰਦੇ ਹੋਏ ਕੋਈ ਵਿਸ਼ੇਸ਼ ਅਰਜ਼ੀ ਟੈਬਲੇਟ ਵਿੱਚ ਪਾਈ ਜਾ ਸਕਦੀ ਹੈ। ਮੈਂ ਤੁਹਾਨੂੰ ਵਿਖਾਉਂਦੀ ਹਾਂ ਕਿ ਟੈਬਲੇਟ ਵਿੱਚ ਈਮੇਲ ਲਿਖਦੇ ਹੋਏ ਕੀ ਕਰਨਾ ਹੁੰਦਾ ਹੈ। ਮੈਨਿਊ ਵਿੱਚ ਕਿਸੇ ਵੀ ਇੰਟਰਨੈਟ ਬਰਾਊਜ਼ਰ ਆਈਕੋਨ ਉੱਤੇ ਕਲਿੱਕ ਕਰੋ। ਫਿਰ ਇਸ ਤੇ ਕਲਿੱਕ ਕਰੋ। ਇੱਕ ਵਿੰਡੋ ਦਿਸੇਗੀ ਜਿਸ ਦੇ ਬਿਲਕੁਲ ਉੱਤੇ ਇੱਕ ਚੌਰਸ ਬਾਰ ਬਣਿਆ ਹੋਏਗਾ। ਜਿਸ ਵੀ ਈਮੇਲ ਸੇਵਾ ਪ੍ਰਦਾਨ ਕਰਨ ਵਾਲੇ ਉੱਤੇ ਤੁਸੀਂ ਜਾਣਾ ਚਾਹੁੰਦੇ ਹੋ ਉਹਦੇ ਲਈ URL ਵਿੱਚ ਟਾਈਪ ਕਰੋ। ਮਸਲਨ www.gmail.com। ਫਿਰ ਦਿੱਤੀ ਗਈ ਥਾਂ ਵਿੱਚ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਟਾਈਪ ਕਰੋ। ਫਿਰ ਸਾਈਨ ਇਨ ਛੋਹੋ। ਇੱਥੇ ਇਸ ਪੰਨੇ ਉੱਤੇ ਕੰਪੋਜ਼ ਜਾਂ ਰਾਈਟ ਨਿਊ ਲੱਭ ਕੇ ਛੋਹੋ। ਨਵੀਂ ਵਿੰਡੋ ਵਿੱਚ 2 ਜਿੱਥੇ ਲਿਖਿਆ ਹੈ ਉੱਥੇ ਜਿਸ ਨੂੰ ਭੇਜਣਾ ਹੈ ਉਹਦਾ ਈਮੇਲ ID ਟਾਈਪ ਕਰੋ। ਸਬਜੈਕਟ ਵਾਲੀ ਥਾਂ ਤੇ ਵਿਸ਼ਾ ਟਾਈਪ ਕਰੋ। ਵਿਚਕਾਰ ਖਾਲੀ ਥਾਂ ਉੱਤੇ ਆਪਣਾ ਸੁਨੇਹਾ ਟਾਈਪ ਕਰੋ। ਸੈਂਡ ਉੱਤੇ ਕਲਿੱਕ ਕਰੋ। ਤੁਹਾਡੀ ਈਮੇਲ ਚਲੀ ਗਈ। ਹੁਣ ਪ੍ਰਾਪਤ ਈਮੇਲ ਇਸ ਤਰ੍ਹਾਂ ਪੜੋ। ਪਹਿਲਾਂ ਜਦੋਂ ਤੁਸੀਂ ਈਮੇਲ ਪ੍ਰਾਪਤ ਕਰਦੇ ਹੋ ਸਕਰੀਨ ਦੇ ਉੱਤੇ ਜਾ ਕੇ ਤੁਹਾਨੂੰ ਇੱਕ ਲਫਾਫਾ ਬਣਿਆ ਆਈਕੋਨ ਦਿਸਦਾ ਹੈ। ਆਈਕੋਨ ਵੇਖਣ ਲਈ ਸਕਰੀਨ ਨੂੰ ਘਸੀਟ ਕੇ ਹੇਠਾਂ ਲਿਆਓ ਜਾਂ ਫਿਰ ਮੈਨਿਊ ਵਿੱਚ ਈਮੇਲ ਗ੍ਰਾਹਕ ਦੇ ਆਈਕੋਨ ਵਿੱਚ ਜਾਓ। ਹੁਣ ਆਈਕੋਨ ਉੱਤੇ ਕਲਿੱਕ ਕਰੋ। ਸਕਰੀਨ ਉੱਤੇ ਤੁਹਾਡਾ ਮੇਲ ਇਨਬੋਕਸ ਖੁੱਲ ਜਾਵੇਗਾ। ਈਮੇਲ ਉੱਤੇ ਕਲਿੱਕ ਕਰੋ ਅਤੇ ਇਸ ਨੂੰ ਪੜੋ। ਅਸੀਂ ਟੈਬਲੇਟ ਵਿੱਚੋਂ ਫਾਈਲ ਕਿਵੇਂ ਲੱਭੀਏ? ਤੁਹਾਡੀ ਟੈਬਲੇਟ ਉੱਤੇ ਫਾਈਲ ਜਾਂ ਫੋਲਡਰ ਲੱਭਣ ਦੇ 2 ਤਰੀਕੇ ਹਨ। ਜਾਂ ਤਾਂ ਤੁਸੀਂ ਆਪਣੀ ਟੈਬਲੇਟ ਵਿੱਚ ਪਾਇਆ ਹੋਇਆ ਫਾਈਲ ਮੈਨੇਜਰ ਇਸਤੇਮਾਲ ਕਰੋ ਜਾਂ ਆਨਲਾਈਨ ਸਰਚ ਇੰਜਨ ਇਸਤੇਮਾਲ ਕਰੋ ਜਿਹੜਾ ਕਿ ਹੋਮ ਸਕਰੀਨ ਉੱਤੇ ਪਿਆ ਹੈ। ਫਾਈਲ ਮੈਨੇਜਰ ਦਾ ਇਸਤੇਮਾਲ। ਹੋਮ ਸਕਰੀਨ ਉੱਤੇ ਫਾਈਲ ਮੈਨੇਜਰ ਜਾਂ ਫਾਈਲ ਬਰਾਊਜ਼ਰ ਐਪ ਲੱਭੋ। ਇਸ ਨੂੰ ਦੱਬੋ। ਇਹ ਮਾਈ ਫਾਈਲਸ ਨੂੰ ਉੱਤੇ ਵਿਖਾਉਂਦਾ ਹੈ। ਲਿਸਟ ਵਿੱਚੋਂ ਜਿਹੜੀ ਫੋਲਡਰ ਜਾਂ ਫਾਈਲ ਤੁਸੀਂ ਖੋਲ੍ਹਣਾ ਚਾਹੁੰਦੇ ਹੋ ਉਹ ਲੱਭੋ। ਇਹਨੂੰ ਖੋਲ੍ਹਣ ਲਈ ਇਸ ਉੱਤੇ ਕਲਿੱਕ ਕਰੋ।
ਆਨਲਾਈਨ ਸਰਚ ਇੰਜਨ ਦਾ ਇਸਤੇਮਾਲ ਕਰਦੇ ਹੋਏ ਹੋਮ ਸਕਰੀਨ ਉੱਤੇ ਸਰਚ ਆਈਕੋਨ ਲੱਭੋ ਜਿਹੜਾ ਵੇਖਣ ਵਿੱਚ ਮੈਗਨੀਫਾਇੰਗ ਸ਼ੀਸ਼ੇ ਵਾਂਗੂ ਲੱਗਦਾ ਹੈ। ਇਸ ਨੂੰ ਦੱਬੋ, ਇੱਕ ਨਵੀਂ ਵਿੰਡੋ ਦਿਸੇਗੀ। ਤੁਸੀਂ ਇੱਕ ਚੌਰਸ ਟੈਬ ਵੇਖੋਗੇ ਜਿਸ ਉੱਤੇ ਸਰਚ ਲਿਖਿਆ ਹੈ। ਕੀਵਰਡਸ ਵਿੱਚ ਟਾਈਪ ਕਰੋ ਜਿਹੜੀ ਸੂਚਨਾ ਤੁਸੀਂ ਲੱਭਣਾ ਚਾਹੁੰਦੇ ਹੋ। ਆਨਲਾਈਨ ਸਰਚ ਦੇ ਨਤੀਜੇ ਸਕਰੀਨ ਉੱਤੇ ਦਿਸਣਗੇ। ਇਸ ਨੂੰ ਖੋਲਣ ਲਈ ਅਸੀਂ ਟੈਬਲੇਟ ਤੋਂ ਸੁਨੇਹਾ ਕਿਵੇਂ ਭੇਜ ਸਕਦੇ ਹਾਂ? ਟੈਬਲੇਟ ਤੋਂ ਸੁਨੇਹਾ ਭੇਜਣ ਲਈ ਇਸ ਤਰ੍ਹਾਂ ਕਰੋ। ਹੋਮ ਸਕਰੀਨ ਉੱਤੇ ਮੈਸੇਜਿੰਗ ਆਈਕੋਨ ਲੱਭੋ ਜਾਂ ਮੈਨਿਊ ਆਈਕੋਨ ਦੱਬੋ, ਜਿਸ ਵਿੱਚ ਫੋਨ ਉੱਤੇ ਤੁਹਾਨੂੰ ਸਾਰੀਆਂ ਅਰਜ਼ੀਆਂ ਦਿਸਣਗੀਆਂ ਕਿ ਤੁਸੀਂ ਸੁਨੇਹਿਆਂ ਦਾ ਆਈਕੋਨ ਲੱਭ ਸਕੋ। ਮੈਸੇਜਿੰਗ ਆਈਕੋਨ ਦੱਬੋ, ਤੁਹਾਨੂੰ ਪ੍ਰਾਪਤ ਹੋਏ ਸੁਨੇਹਿਆਂ ਦੀ ਸੂਚੀ ਦਿਸੇਗੀ। ਸਕਰੀਨ ਉੱਤੇ ਰਾਈਟ ਨਿਊ ਆਈਕੋਨ ਲੱਭੋ, ਤੁਹਾਨੂੰ ਜ਼ਾਹਿਰ ਹੋਏਗਾ ਕਿ ਇੱਕ ਜਮ੍ਹਾਂ ਸੰਕੇਤ ਦੇ ਨਾਲ ਲਿਫਾਫਾ ਜਾਂ ਜਮ੍ਹਾਂ ਸੰਕੇਤ ਨਾਲ ਪੈਨਸਿਲ ਬਣੀ ਹੋਈ ਹੈ। ਇਸ ਉੱਤੇ ਕਲਿੱਕ ਕਰੋ। ਟੂ ਖਾਨੇ ਵਿੱਚ ਜਿਸ ਨੂੰ ਸੁਨੇਹਾ ਭੇਜਣਾ ਹੈ ਉਸ ਦੇ ਨਾਂ ਦੇ ਪਹਿਲੇ ਕੁਝ ਅੱਖਰ ਟਾਈਪ ਕਰੋ। ਤੁਸੀਂ ਆਪਣੀ ਸੰਪਰਕ ਬੁੱਕ ਤੋਂ ਨਾਵਾਂ ਦੀ ਇੱਕ ਸੂਚੀ ਵੇਖੋਗੇ। ਲੋੜੀਂਦੇ ਨਾਂ ਉੱਤੇ ਕਲਿੱਕ ਕਰੋ। ਇਹ ਟੂ ਖਾਨੇ ਵਿੱਚ ਆ ਜਾਏਗਾ। ਰਾਈਟ ਮੈਸੇਜ ਨੂੰ ਦੱਬੋ ਤੇ ਆਪਣਾ ਸੁਨੇਹਾ ਲਿਖਣਾ ਸ਼ੁਰੂ ਕਰੋ। ਇਸ ਦੇ ਨਾਲ ਤੁਸੀਂ ਕੋਈ ਫਾਈਲ, ਦਸਤਾਵੇਜ਼, ਤਸਵੀਰ, ਸੰਗੀਤ ਫਾਈਲ ਜੋੜ ਸਕਦੇ ਹੋ। ਇਹਦੇ ਲਈ ਸਹੀ ਆਈਕੋਨ ਉੱਤੇ ਜਾ ਕੇ ਮਨਪਸੰਦ ਫਾਈਲ ਸੁਨੇਹੇ ਵਿੱਚ ਪਾ ਸਕਦੇ ਹੋ। ਸੈਂਡ ਦੱਬੋ, ਤੁਹਾਡਾ ਸੁਨੇਹਾ ਚਲਾ ਜਾਏਗਾ। ਇਹ ਹੈ ਤੁਸੀਂ ਪ੍ਰਾਪਤ ਹੋਇਆ ਸੁਨੇਹਾ ਕਿਵੇਂ ਪੜ ਸਕਦੇ ਹੋ। ਜਦੋਂ ਤੁਹਾਨੂੰ ਨਵਾਂ ਸੁਨੇਹਾ ਮਿਲਦਾ ਹੈ ਤਾਂ ਤੁਸੀਂ ਵੇਖੋਗੇ ਕਿ ਸਕਰੀਨ ਦੇ ਠੀਕ ਉੱਤੇ ਸੁਨੇਹੇ ਦਾ ਆਈਕੋਨ ਆ ਗਿਆ ਹੈ। ਜਾਂ ਫਿਰ ਤੁਸੀਂ ਹੋਮ ਸਕਰੀਨ ਉੱਤੇ ਮੈਸੇਜਿੰਗ ਉੱਤੇ ਨੰਬਰ ਲਿਖਿਆ ਵੇਖੋਗੇ ਜਦੋਂ ਵੀ ਤੁਹਾਨੂੰ ਕੋਈ ਨਵਾਂ ਸੁਨੇਹਾ ਮਿਲੇਗਾ। ਇਸ ਨੂੰ ਦੱਬੋ। ਇਸ ਨਾਲ ਮੈਸੇਜਿੰਗ ਵਿੰਡੋ ਖੁੱਲੇਗੀ ਜਿਸ ਵਿੱਚ ਪ੍ਰਾਪਤ ਸੁਨੇਹਿਆਂ ਦੀ ਲਿਸਟ ਹੋਏਗੀ। ਜਿਹੜਾ ਸੁਨੇਹਾ ਤੁਸੀਂ ਪੜ੍ਹਨਾ ਚਾਹੁੰਦੇ ਹੋ ਉਸ ਨੂੰ ਦੱਬੋ। ਟੈਬਲੇਟ ਤੋਂ ਅਸੀਂ ਇੰਟਰਨੈਟ ਤਾਈਂ ਕਿਵੇਂ ਪਹੁੰਚੀਏ? ਬਿਲਕੁਲ ਮੋਬਾਈਲ ਫੋਨ ਵਾਂਗੂ ਟੈਬਲੇਟ ਤੋਂ ਇੰਟਰਨੈਟ ਤਾਈਂ ਪਹੁੰਚਣ ਦੇ ਦੋ ਰਸਤੇ ਹਨ। ਪਹਿਲਾ, ਵਾਈਫਾਈ ਜੋੜ ਕੇ ਇਸ ਦੇ ਜ਼ਰੀਏ। ਵਾਈਫਾਈ ਦੇ ਜ਼ਰੀਏ ਟੈਬਲੇਟ ਨੂੰ ਜੋੜਨ ਲਈ ਇਸ ਤਰ੍ਹਾਂ ਕਰੋ। ਟੈਬਲੇਟ ਵਿੱਚ ਸੈਟਿੰਗਸ ਮੈਨਿਊ ਵਿੱਚ ਜਾਓ। ਵਾਈਫਾਈ ਸੈਟਿੰਗ ਦੀ ਪ੍ਰਕਿਰਿਆ ਇੱਕ ਆਕਾਰ ਵਿੱਚ ਦਿੱਤੀ ਹੁੰਦੀ ਹੈ। ਇੱਥੇ ਤੁਸੀਂ ਉਪਲਬਧ ਇੰਟਰਨੈਟ ਨੈਟਵਰਕਸ ਦੀ ਸੂਚੀ ਵੇਖੋਗੇ। ਤੁਸੀਂ ਜਿਹੜਾ ਵਾਈਫਾਈ ਨੈਟਵਰਕ ਜੋੜਨਾ ਚਾਹੁੰਦੇ ਹੋ ਉਹਦੀ ਚੋਣ ਕਰੋ। ਜੇ ਪਾਸਵਰਡ ਦੀ ਲੋੜ ਹੈ ਤਾਂ ਪਾਸਵਰਡ ਦਾਖਲ ਕਰੋ ਅਤੇ ਕਨੈਕਟ ਉੱਤੇ ਕਲਿੱਕ ਕਰੋ। ਇੰਟਰਨੈਟ ਤੱਕ ਪਹੁੰਚਣ ਲਈ ਇੰਟਰਨੈਟ ਬਰਾਊਜ਼ਰ ਦਾ ਇਸਤੇਮਾਲ ਕਰੋ। ਤੁਸੀਂ ਮੋਬਾਈਲ ਨੈਟਵਰਕ ਦੇ ਜ਼ਰੀਏ ਵੀ ਟੈਬਲੇਟ ਨੂੰ ਜੋੜ ਸਕਦੇ ਹੋ। ਤੁਸੀਂ ਇਹ ਇਸ ਤਰ੍ਹਾਂ ਕਰ ਸਕਦੇ ਹੋ। ਪਹਿਲਾਂ ਇਹ ਪੱਕਾ ਕਰੋ ਕਿ ਤੁਹਾਡੇ ਟੈਬਲੇਟ ਵਿੱਚ ਮੋਬਾਈਲ ਨੈਟਵਰਕ ਸਿਮ ਕਾਰਡ ਹੈ। ਫਿਰ ਟੈਬਲੇਟ ਨੈਟਵਰਕ ਦੇ ਜ਼ਰੀਏ ਇੰਟਰਨੈਟ ਨੂੰ ਜੋੜਨ ਵਾਸਤੇ ਤੁਸੀਂ ਦੋਵਾਂ ਨੂੰ ਨੋਟੀਫਿਕੇਸ਼ਨ ਬਾਰ ਵਿੱਚ ਖਿੱਚ ਕੇ ਲਿਆ ਸਕਦੇ ਹੋ ਅਤੇ ਵਿਕਲਪਾਂ ਵਿੱਚ ਮੋਬਾਈਲ ਡਾਟਾ ਚੁਣੋ। ਜਾਂ ਤੁਸੀਂ ਬਗੈਰ ਤਾਰ ਦੇ ਅਤੇ ਨੈਟਵਰਕ ਵਿਕਲਪਾਂ ਵਿੱਚ ਜਾ ਕੇ ਮੋਰ ਸੈਟਿੰਗਸ ਦੇ ਵਿਕਲਪ ਵਿੱਚ ਜਾਓ। ਇੱਕ ਮੋਬਾਈਲ ਨੈਟਵਰਕ ਬਟਨ ਉੱਤੇ ਕਲਿੱਕ ਕਰੋ। ਉੱਥੇ ਤੁਹਾਨੂੰ ਮੋਬਾਈਲ ਡਾਟਾ ਚੈੱਕ ਬਾਕਸ ਚੈੱਕ ਕਰਨਾ ਹੋਏਗਾ। ਸਿਰਫ ਇੱਕ ਵਾਰੀ ਕਲਿੱਕ ਕਰਦਿਆਂ ਹੀ ਤੁਹਾਡੀ ਟੈਬਲੇਟ ਮੋਬਾਈਲ ਇੰਟਰਨੈਟ ਪ੍ਰਾਪਤ ਕਰਨਾ ਸ਼ੁਰੂ ਕਰ ਦੇਵੇਗੀ। ਦੀਦੀ, ਤੁਸੀਂ ਦੱਸਿਆ ਕਿ ਕੁਝ ਟੈਬਲੇਟ ਫੋਨ ਵਾਂਗੂ ਵੀ ਕੰਮ ਕਰ ਸਕਦੀਆਂ ਨੇ, ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਜਿੱਥੇ ਸਿਮ ਕਾਰਡ ਪਾਉਣ ਦੀ ਥਾਂ ਹੁੰਦੀ ਹੈ ਉੱਥੇ ਤੁਹਾਨੂੰ ਜਾਇਜ਼ GSM ਸਿਮ ਕਾਰਡ ਪਾਉਣ ਦੀ ਲੋੜ ਹੈ। ਇਹ ਤੁਹਾਨੂੰ ਪਾਵਰ ਬੰਦ ਕਰਕੇ ਪਾਉਣਾ ਪਵੇਗਾ। ਹੁਣ ਤੁਹਾਨੂੰ ਵਿਖਾਉਂਦੇ ਹਾਂ ਕਿ ਕਿਵੇਂ ਟੈਬਲੇਟ ਤੋਂ ਕਾਲ ਕੀਤੀ ਜਾ ਸਕਦੀ ਹੈ। ਹੋਮ ਸਕਰੀਨ ਉੱਤੇ ਰਿਸੀਵਰ ਆਈਕੋਨ ਨੂੰ ਦੱਬੋ। ਜਿਹੜਾ ਨੰਬਰ ਤੁਸੀਂ ਡਾਇਲ ਕਰਨਾ ਚਾਹੁੰਦੇ ਹੋ ਉਸ ਫੋਨ ਨੰਬਰ ਦੇ ਅੰਕ ਦੱਬੋ। ਰਿਸੀਵਰ ਆਈਕੋਨ ਦੱਬੋ, ਫਿਰ ਇਹ ਜੁੜ ਜਾਂਦੀ ਹੈ ਤਾਂ ਤੁਸੀਂ ਗੱਲ ਕਰਨੀ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਫੋਨ ਬੁੱਕ ਜਾਂ ਸੰਪਰਕ ਸੂਚੀ ਤੋਂ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਕਰਨ ਦੀ ਲੋੜ ਹੈ। ਪਹਿਲਾਂ ਟੈਬਲੇਟ ਉੱਤੇ ਆਪਣੀ ਫੋਨ ਬੁੱਕ ਜਾਂ ਸੰਪਰਕ ਸੂਚੀ ਵਿੱਚ ਜਾਓ। ਫਿਰ ਉਹ ਨਾਂ ਲੱਭੋ ਜਿਸ ਨੂੰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ। ਫਿਰ ਸੰਪਰਕ ਨਾਂ ਉੱਤੇ ਕਲਿੱਕ ਕਰੋ। ਫਿਰ ਸੰਪਰਕ ਨੰਬਰ ਉੱਤੇ ਕਲਿੱਕ ਕਰੋ। ਫਿਰ ਜੁੜ ਜਾਂਦਾ ਹੈ ਤਾਂ ਗੱਲ ਕਰਨੀ ਸ਼ੁਰੂ ਕਰੋ।
ਮੈਨੂੰ ਟੈਬਲੇਟ ਦੀਆਂ ਕੁਝ ਹੋਰ ਖੂਬੀਆਂ ਦੱਸੋ। ਓ ਵਾਕਈ ਰੋਹਨ, ਟੈਬਲੇਟ ਦੇ ਅੰਦਰ ਬਹੁਤ ਸਾਰੀਆਂ ਭਾਸ਼ਾਵਾਂ ਪਈਆਂ ਹੁੰਦੀਆਂ ਹਨ। ਟੈਬਲੇਟ ਉੱਤੇ ਤੁਸੀਂ ਜਿਹੜੀ ਭਾਸ਼ਾ ਡਿਸਪਲੇ ਕਰਨਾ ਚਾਹੁੰਦੇ ਹੋ ਚੁਣ ਕੇ ਕਰ ਸਕਦੇ ਹੋ। ਆਓ ਸਿੱਖੀਏ ਕਿ ਟੈਬਲੇਟ ਵਿੱਚ ਭਾਸ਼ਾ ਕਿਵੇਂ ਸੈੱਟ ਕੀਤੀ ਜਾ ਸਕਦੀ ਹੈ। ਪਹਿਲਾਂ ਅਰਜ਼ੀਆਂ ਦੇ ਮੈਨਿਊ ਵਿੱਚ ਸੈਟਿੰਗਸ ਦੱਬੋ ਅਤੇ ਸੂਚੀ ਵਿੱਚੋਂ ਲੈਂਗੁਏਜ ਐਂਡ ਇਨਪੁੱਟ ਚੁਣੋ। ਫਿਰ ਭਾਸ਼ਾ ਉੱਤੇ ਕਲਿੱਕ ਕਰੋ। ਤੁਸੀਂ ਬਹੁਤ ਸਾਰੀਆਂ ਸੰਗਤ ਭਾਸ਼ਾਵਾਂ ਦੀ ਸੂਚੀ ਵੇਖ ਸਕਦੇ ਹੋ। ਇਸ ਤੋਂ ਬਾਅਦ ਜਿਹੜੀ ਭਾਸ਼ਾ ਤੁਸੀਂ ਚਾਹੁੰਦੇ ਹੋ ਉਸ ਭਾਸ਼ਾ ਉੱਤੇ ਕਲਿੱਕ ਕਰੋ, ਉਹ ਉਸੇ ਵੇਲੇ ਸੈੱਟ ਹੋ ਜਾਏਗੀ। ਇਸੇ ਖੇਤਰ ਵਿੱਚ ਜੇ ਤੁਸੀਂ ਸਕਰੀਨ ਅਤੇ ਨਿਵੇਸ਼ ਵਿੱਚ ਉਹੀ ਭਾਸ਼ਾ ਚਾਹੁੰਦੇ ਹੋ ਤਾਂ ਉਸੇ ਭਾਸ਼ਾ ਦਾ ਕੀਬੋਰਡ ਵੀ ਸੈੱਟ ਹੋ ਜਾਏਗਾ। ਤਾਰੀਖ ਅਤੇ ਸਮਾਂ ਸੈੱਟ ਕਰਨ ਲਈ ਇਸ ਤਰ੍ਹਾਂ ਕਰੋ। ਅਰਜ਼ੀਆਂ ਦੇ ਮੈਨਿਊ ਤੋਂ ਸੈਟਿੰਗਸ ਦੱਬੋ ਅਤੇ ਸੂਚੀ ਵਿੱਚੋਂ ਤਾਰੀਖ ਅਤੇ ਸਮਾਂ ਚੁਣੋ। ਆਟੋਮੈਟਿਕਸ ਉੱਤੇ ਸਹੀ ਲਾਓ। ਸਮਾਂ ਅਤੇ ਤਾਰੀਖ ਆਪੇ ਸੈੱਟ ਹੋ ਜਾਣਗੇ। ਹੱਥ ਨਾਲ ਤਾਰੀਖ ਅਤੇ ਸਮਾਂ ਸੈੱਟ ਕਰਨ ਲਈ ਨੈੱਟਵਰਕ ਦਾ ਇਸਤੇਮਾਲ ਕਰਦੇ ਹੋਏ ਤੁਸੀਂ ਦਿੱਤੇ ਗਏ ਮੁੱਲਾਂ ਜਾਂ ਅਨਚੈੱਕ ਆਟੋਮੈਟਿਕ ਵੀ ਕਰ ਸਕਦੇ ਹੋ। ਦੀਦੀ, ਕੀ ਤੁਸੀਂ ਮੈਨੂੰ ਪੜ੍ਹਾ ਸਕਦੇ ਹੋ ਕਿ ਟੈਬਲੇਟ ਵਿੱਚ ਅਰਜ਼ੀਆਂ ਕਿਵੇਂ ਪਾਈਏ? ਹਾਂ, ਕਿਉਂ ਨਹੀਂ। ਅਰਜ਼ੀਆਂ ਜਾਂ ਐਪਸ ਟੈਬਲੇਟ ਦੀ ਕੀਜ਼ ਦੀਆਂ ਖੂਬੀਆਂ ਹਨ ਜਿਹੜੀਆਂ ਤੁਹਾਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਤੱਕ ਪਹੁੰਚਾਉਂਦੀਆਂ ਹਨ। ਟੈਬਲੇਟ ਅਤੇ ਨਵੇਂ ਐਪਸ ਪਾਉਣ ਲਈ ਇਸ ਤਰ੍ਹਾਂ ਕਰੋ। ਪਹਿਲਾਂ ਆਪਣੀ ਟੈਬਲੇਟ ਉੱਤੇ ਮੈਨਿਊ ਵਿਕਲਪ ਵਿੱਚ ਜਾਓ ਤੇ ਹੁਣ ਮੈਨਿਊ ਵਿੱਚ ਜਾ ਕੇ ਪਲੇ ਸਟੋਰ ਵਿਕਲਪ ਦੱਬੋ। ਜੇ ਅਰਜ਼ੀ ਨਿਸ਼ੁਲਕ ਹੈ ਤਾਂ ਤੁਸੀਂ ਸਿਰਫ ਇੰਸਟਾਲ ਬਟਨ ਦੱਬੋ। ਤੁਹਾਡਾ ਫੋਨ ਆਪਣੇ ਆਪ ਡਾਊਨਲੋਡ ਕਰਕੇ ਐਪਸ ਨੂੰ ਇੰਸਟਾਲ ਕਰ ਦੇਵੇਗਾ। ਜੇ ਐਪ ਦੀ ਕੋਈ ਕੀਮਤ ਹੈ ਤਾਂ ਇਸ ਦੇ ਬਦਲੇ ਤੁਸੀਂ ਬਾਏ ਬਟਨ ਵੇਖੋਗੇ। ਇਸ ਉੱਤੇ ਕਲਿੱਕ ਕਰੋ। ਹੁਣ ਪੱਕਾ ਕਰਨ ਵਾਲਾ ਬਾਕਸ ਤੁਹਾਨੂੰ ਕਹਿ ਰਿਹਾ ਹੈ ਕਿ ਜੇ ਤੁਸੀਂ ਐਪ ਖਰੀਦਣਾ ਚਾਹੁੰਦੇ ਹੋ ਤਾਂ ਪੱਕਾ ਕਰਨ ਲਈ ਓਕੇ ਦੱਬੋ। ਹੁਣ ਤੁਹਾਨੂੰ ਆਪਣੇ ਭੁਗਤਾਨ ਦਾ ਵੇਰਵਾ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਸੂਚਿਤ ਕਰਨਾ ਹੋਵੇਗਾ। ਅਰਜ਼ੀ ਇੰਸਟਾਲ ਕਰਨ ਲਈ ਸਕਰੀਨ ਉੱਤੇ ਆ ਰਹੇ ਨਿਰਦੇਸ਼ਾਂ ਦੀ ਪਾਲਣਾ ਕਰੋ। ਰੋਹਨ, ਹੁਣ ਤੱਕ ਲਈ ਇਹ ਸਾਰਾ ਹੈ। ਮੋਬਾਈਲ ਫੋਨ ਅਤੇ ਟੈਬਲੇਟ ਬਾਰੇ ਜਾਣਨਾ ਦਿਲਚਸਪ ਸੀ ਨਾ? ਹਾਂ, ਬਹੁਤ ਵਧੀਆ ਰਿਹਾ ਦੀਦੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਕਰਕੇ ਮੈਂ ਮੋਬਾਈਲ ਫੋਨਾਂ ਅਤੇ ਟੈਬਲੇਟਾਂ ਬਾਰੇ ਬਹੁਤ ਕੁਝ ਜਾਣ ਗਿਆ। ਇਹ ਕੋਈ ਸਮੱਸਿਆ ਨਹੀਂ ਸੀ। ਹੁਣ ਦਿਲਚਸਪ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਾਂ।